ਵਕਤ ਪਏ ਤੇ ਗੂੰਗੀਆਂ ਚੀਕਾਂ ਵੀ ਆਵਾਜ਼ ਬਣਦੀਆਂ ਨੇ ਤੇ ਜ਼ੁਲਮ ਦੀ ਅੱਤ ਜਦੋਂ ਹੁੰਦੀ ਹੈ ਤਾਂ ਚਿੜੀਆਂ ਵੀ ਬਾਜ਼ ਬਣਦੀਆਂ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਜੀਤ ਸਿੰਘ ਤੇ ਜੀ ਆਇਆਂ ਨੂੰ ਕਹਿਣਾ ਜੀ ਤੁਹਾਡੇ ਆਪਣੇ ਸ਼ੋਅ PTC ਸ਼ੋਕੇਸ ਦੇ ਵਿੱਚ। ਤੇ ਮਿੱਤਰੋ, ਜਿਹੜੀਆਂ ਮੈਂ ਲੈਣਾ ਹੁਣੇ ਹੁਣੇ ਬੋਲ ਕੇ ਹਟਿਆ, ਇਹ ਕੋਈ ਫਿਕਸ਼ਨ ਨਹੀਂ ਬਲਕਿ ਸੱਚਾਈ ਨੇ। ਤੇ ਸੱਚਾਈ ਨੂੰ ਤੁਹਾਡੇ ਰੂਬਰੂ ਕਰਨ ਦੇ ਲਈ ਮੈਂ ਤੁਹਾਡੀ ਮੁਲਾਕਾਤ ਅੱਜ ਦੇ ਸ਼ੋਅ ਦੇ ਵਿੱਚ ਕਰਵਾਉਣ ਜਾ ਰਿਹਾ ਜੀ ਅਪਕਮਿੰਗ ਪੰਜਾਬੀ ਫਿਲਮ ਨਿਧੀ ਸਿੰਘ ਦੀ ਸਟਾਰ ਕਾਸਟ ਦੇ ਨਾਲ। ਤਾਂ ਫਿਰ ਦੇਰ ਕਾਹਦੀ ਆ ਜੀ, ਆਓ ਸ਼ੁਰੂਆਤ ਕਰਦੇ ਹਾਂ ਅੱਜ ਦੇ PTC ਸ਼ੋਕੇਸ ਦੀ। ਸਤਿ ਸ਼੍ਰੀ ਅਕਾਲ ਜੀ ਅਤੇ ਜੀ ਆਇਆਂ ਨੂੰ PTC ਸ਼ੋਕੇਸ ਵਿੱਚ ਤੁਹਾਡੇ ਦੋਨਾਂ ਦਾ। ਸਤਿ ਸ਼੍ਰੀ ਅਕਾਲ ਜੀ ਸੋ ਮੈਂ ਕੁਲਰਾਜ ਜੀ ਤੁਹਾਡੇ ਤੋਂ ਸ਼ੁਰੂਆਤ ਕਰਨਾ ਚਾਹਾਂਗਾ ਅੱਜ ਦੀ ਇਸ ਇੰਟਰਵਿਊ ਦੀ ਅਤੇ ਨਾਲ ਦੀਆਂ ਮੁਬਾਰਕਾਂ ਵੀ। ਨਿਧੀ ਸਿੰਘ ਫਿਲਮ ਆਫਟਰ ਆਲ ਰਿਲੀਜ਼ ਹੋ ਰਹੀ ਹੈ ਅਤੇ ਵਰਲਡ ਵਾਈਡ ਸਾਰੇ ਦਾ ਟ੍ਰੇਲਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ, ਉਹ ਵੀ ਜਾਣਕਾਰੀ ਵੀ ਲੈਣਾ ਚਾਹੁੰਦਾ ਹਰ ਕੋਈ ਵੀ ਨਿਧੀ ਸਿੰਘ ਟ੍ਰੂ ਇਵੈਂਟ ਤੋਂ ਇੰਸਪਾਇਰਡ ਹੈ ਕੀ ਹੈ, ਮੇਰੇ ਮਨ 'ਚ ਵੀ ਇਹੀ ਸੀਗਾ, ਤਾਂ ਪਹਿਲਾਂ ਇੱਥੋਂ ਸ਼ੁਰੂਆਤ ਕਰਦੇ ਹਾਂ। ਪਹਿਲਾਂ ਤਾਂ ਮੈਂ ਥੈਂਕ ਯੂ ਕਹਿਣਾ ਚਾਹੂੰਗੀ ਕਿ ਤੁਸੀਂ ਸਾਨੂੰ ਇਨਵਾਈਟ ਕੀਤਾ ਗੁਰਜੀਤ ਜੀ, ਤੁਹਾਡਾ ਬੜਾ ਫੇਮਸ ਸ਼ੋਅ ਹੈਗਾ ਅਤੇ ਸਾਨੂੰ ਅਸੀਂ ਤੁਹਾਡੀ ਜਿਹੜੀ ਫੈਨ ਫੋਲੋਇੰਗ ਹੈ ਉਹਨਾਂ ਨੂੰ ਅਸੀਂ ਅੱਜ ਇਹ ਦੱਸਣ ਆਏ ਹਾਂ ਕੁਝ ਚੀਜ਼ਾਂ ਆਪਣੀ ਫਿਲਮ ਦੇ ਬਾਰੇ। ਅਤੇ ਹਾਂਜੀ ਬਿਲਕੁਲ, ਸਾਡੀ ਜਿਹੜੀ ਫਿਲਮ ਹੈ ਨਿਧੀ ਸਿੰਘ, ਇਹ ਅਸੀਂ ਰਿਲੀਜ਼ ਕਰ ਰਹੇ ਹਾਂ 22 ਜੁਲਾਈ ਨੂੰ, ਅਤੇ ਅਸੀਂ ਇਹ ਸ਼ੂਟ ਕੀਤੀ ਸੀਗੀ ਪੰਜਾਬ ਵਿੱਚ। ਐਂਡ ਇਹ ਬੇਸਿਕਲੀ ਇੱਕ ਸਟੋਰੀ, ਇੱਕ ਕਹਾਣੀ ਜਿਹੜੀ ਹੈ ਇੱਕ ਰੀਅਲ ਲਾਈਫ ਇੰਸੀਡੈਂਟ 'ਤੇ ਅਸੀਂ ਆਧਾਰਿਤ ਕੀਤੀ ਹੈ। ਅਤੇ ਇਹਦਾ ਜਿਹੜਾ ਟ੍ਰੇਲਰ ਹੈ, ਹਾਂਜੀ ਬਿਲਕੁਲ, ਵਾਕਈ ਤੁਸੀਂ ਕਹਿ ਰਹੇ ਹੋ ਲੋਕਾਂ ਨੂੰ ਥੋੜ੍ਹਾ ਡਿਫਰੈਂਟ ਲੱਗ ਰਿਹਾ ਹੈ। ਬਿਲਕੁਲ, ਅਤੇ ਜਦੋਂ ਤੱਕ ਹੁਣ ਤੱਕ ਜਿਹੜੀ ਸਾਨੂੰ ਫੀਡਬੈਕ ਮਿਲੀ ਹੈ ਬੜੀ ਪੋਜ਼ਿਟਿਵ ਮਿਲੀ ਹੈਗੀ ਹੈ। ਐਗਜੈਕਟਲੀ, ਕਿਉਂਕਿ ਫੀਮੇਲ ਓਰੀਐਂਟਿਡ ਬਹੁਤ ਘੱਟ ਮੂਵੀਜ਼ ਨੂੰ ਪਹਿਲਾਂ ਸਰਾਇਆ ਗਿਆ, ਅਤੇ ਜਿਹੜੀਆਂ ਵੀ ਆਈਆਂ ਨੇ ਬਟ ਨੋਟੀਸੇਬਲ ਹੋਈਆਂ ਨੇ ਫਿਲਮਾਂ, ਅਤੇ ਐਪਰੀਸ਼ੀਏਟ ਕੀਤੀਆਂ ਗਈ ਆਡੀਅੰਸ ਵੱਲੋਂ, ਅਤੇ ਉਮੀਦ ਹੈਗੀ ਇਹਦੇ ਨਾਲ ਵੀ ਇੱਕ ਨਵਾਂ ਸਿਲਸਿਲਾ ਸ਼ੁਰੂ ਹੋ ਜਾਏਗਾ, ਅਤੇ ਖਾਸ ਤੌਰ 'ਤੇ ਤੁਹਾਡੇ ਤੋਂ ਉਮੀਦਾਂ ਰਹਿੰਦੀਆਂ ਨੇ ਪੰਜਾਬੀ ਆਡੀਅੰਸ ਨੂੰ ਕਿ ਹਾਂ ਕੁਲਰਾਜ ਰੰਧਾਵਾ ਨੂੰ ਨੈਸ਼ਨਲ ਚੈਨਲ 'ਤੇ ਸੀਰੀਅਲਸ ਕਰਦੇ ਹੋਏ ਵੀ ਦੇਖਿਆ, ਹਿੰਦੀ ਫਿਲਮਾਂ ਪੰਜਾਬੀ ਫਿਲਮਾਂ, ਅਤੇ ਹੁਣ ਇਸ ਮੂਵੀ ਨਾਲ ਇੱਕ ਫੀਮੇਲ ਓਰੀਐਂਟਿਡ ਜਿਹੜੀ ਸੀਰੀਜ਼ ਆ ਸ਼ਾਇਦ ਉਹ ਚੱਲ ਪਵੇਗੀ। ਸੋ ਅਮਨ, ਤੁਸੀਂ ਇਸ ਪ੍ਰੋਜੈਕਟ ਨਾਲ ਐਸੋਸੀਏਟ ਹੋਏ ਹੋ, ਤਾਂ ਕਿੱਦਾਂ ਆਲ ਇਨ ਆਲ ਸਬੱਬ ਬਣਿਆ ਇਸ ਪ੍ਰੋਜੈਕਟ ਨਾਲ ਜੁੜਨ ਦਾ, ਇਸ ਟੀਮ ਨਾਲ ਜੁੜਨ ਦਾ? ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਟੀਮ ਨਾਲ ਇੱਦਾਂ, ਪਹਿਲਾਂ ਲਾਸਟ ਮੇਰੀ ਆਈ ਸੀ ਮੂਵੀ, ਤੁਹਾਨੂੰ ਪਤਾ, ਆਸ਼ਕੀ ਨੋਟ ਲਾਊਟ, ਉਸ ਤੋਂ ਬਾਅਦ ਕਾਫੀ ਅਪਰੋਚ ਕੀਤਾ ਅਤੇ ਕੰਮ ਤਾਂ ਮਿਲਿਆ, ਕਹਿੰਦੇ ਪ੍ਰੋਡਿਊਸਰ ਨਾਲ ਲੈ ਗਏ ਉਹ ਹਾਫ ਅਤੇ ਕੰਮ ਮਿਲ ਜੂਗਾ। ਆਫਟਰ ਦੈਟ ਫਿਰ ਮੈਂ ਮਿਸਟਰ ਜੈਵੀ ਜੋ ਮੂਵੀ ਦੇ ਡਾਇਰੈਕਟਰ ਨੇ ਉਹਨਾਂ ਨੂੰ ਮਿਲਿਆ ਅਤੇ ਉਹਨਾਂ ਨੇ ਮੈਨੂੰ ਇਹ ਚਾਂਸ ਦਿੱਤਾ, ਅਤੇ ਪ੍ਰੋਡਿਊਸਰ ਇੰਦਰ ਜੀ, ਉਹਨਾਂ ਦੇ ਕਰਕੇ ਮੈਨੂੰ ਬ੍ਰੇਕ ਮਿਲਿਆ। ਇਹ ਪ੍ਰੋਜੈਕਟ ਅਮਨ ਆਪਣੇ ਆਪ ਵਿੱਚ ਮੇਰੇ ਖਿਆਲ 'ਚ ਬਹੁਤ ਵੱਡਾ ਪ੍ਰੋਜੈਕਟ ਹੈਗਾ ਜਿੱਥੇ ਤੱਕ, ਮਤਲਬ ਹੁਣ ਜਿਹੜੀ ਲੁੱਕ ਹੈ, ਕਿਉਂਕਿ ਆਪਾਂ ਟ੍ਰੇਲਰ ਤੋਂ ਅੰਦਾਜ਼ਾ ਲਗਾਉਂਦੇ ਕਿ ਫਿਲਮ ਕਿੱਡੀ ਵੱਡੀ ਹੋਏਗੀ ਜਾਂ ਆਡੀਅੰਸ ਪਹੁੰਚਦੀ ਹੈਗੀ ਹੈ, ਤਾਂ ਇਸ ਪ੍ਰੋਜੈਕਟ ਨਾਲ ਜੁੜਨਾ ਅਤੇ ਉੱਤੋਂ ਨੈਗੇਟਿਵ ਕਰੈਕਟਰ ਕਰਨਾ, ਤੁਸੀਂ ਪਹਿਲਾਂ ਪੋਜ਼ਿਟਿਵ ਗਾਣੇ ਵਿੱਚ ਵੀ ਤੁਹਾਨੂੰ ਦੇਖਿਆ ਗਿਆ ਉਦਾਂ ਕਿ ਨਹੀਂ, ਤਾਂ ਇਹ ਤੁਹਾਡੇ ਲਈ ਚੈਲੇਂਜਿੰਗ ਸੀਗਾ? ਬਹੁਤ ਟੈਫਟ ਕਰਨਾ, ਟਫ ਜੋਬ ਸੀ ਮੇਰੇ ਲਈ, ਕਿਉਂਕਿ ਇੰਨੇ ਸਾਲ 13-14 ਸਾਲ ਤੋਂ ਸੇਮ ਇੱਕ ਪੋਜ਼ਿਟਿਵ ਕਰਦੇ ਰਹੀਏ, ਸਡਨਲੀ ਇੱਕ ਓਪੋਜ਼ਿਟ ਮਿਲੇ, ਬਟ ਸਿੱਖਣ ਨੂੰ ਬਹੁਤ ਕੁਛ ਮਿਲਿਆ, ਇੰਪਰੂਵਮੈਂਟ ਬਹੁਤ ਹੋਈ ਐਕਟਿੰਗ 'ਚ। ਸੋ ਮੈਂ ਚਾਹੁੰਦਾ ਕਿ ਡਿਫਰੈਂਟ ਹੀ ਅੱਗੇ ਸ਼ੇਡਸ ਦੇਖਣ ਨੂੰ ਮਿਲਣ। ਕੁਲਰਾਜ, ਇੰਨਾ ਗੈਪ, ਮਤਲਬ ਤੁਹਾਡਾ ਲਾਸਟ ਤੁਹਾਨੂੰ ਯਮਲਾ ਪਗਲਾ ਦੀਵਾਨਾ ਕਿ ਨਹੀਂ ਹਿੰਦੀ ਫਿਲਮ ਦੇਖਿਆ, ਉਸ ਤੋਂ ਬਾਅਦ ਪੰਜਾਬੀ ਫਿਲਮਾਂ 'ਚ ਕਾਫੀ ਗੈਪ ਤੋਂ ਬਾਅਦ ਤੁਸੀਂ ਆ ਰਹੇ ਹੋ। ਪੰਜਾਬੀ ਜੀ ਮੈਂ ਕੀਤੀ ਸੀ ਡਬਲ ਦੀ ਟ੍ਰਬਲ ਧਰਮ ਜੀ ਨਾਲ, ਗਿੱਪੀ ਨਾਲ, ਅਤੇ ਉਸ ਤੋਂ ਬਾਅਦ ਜਿਹੜੇ ਮੈਨੂੰ ਸਬਜੈਕਟਸ ਆਫਰ ਹੋਏ ਸੀ ਮੈਨੂੰ ਇੰਨੇ ਕੋਈ ਖਾਸਾ ਕੋਈ ਇਫੈਕਟਿਵ ਇਨ ਟਰਮਸ ਆਫ ਰੋਲ ਜਾਂ ਪਰਫੋਰਮੈਂਸ ਨਹੀਂ ਲੱਗੇ, ਅਤੇ ਮੈਂ ਕੋਈ ਲੱਭ ਰਹੀ ਸੀਗੀ ਕਿ ਬਹੁਤ ਕੋਈ ਵਧੀਆ ਜੀ ਸਟੋਰੀ ਹੋਵੇ, ਅਤੇ ਜਦੋਂ ਇਹ ਇੰਦਰ ਜੀ ਜਿਹੜੇ ਸਾਡੇ ਪ੍ਰੋਡਿਊਸਰ ਨੇ ਅਤੇ ਜੈ ਵੀ ਟਾਂਡਾ ਸਾਡੇ ਜਿਹੜੇ ਡਾਇਰੈਕਟਰ ਨੇ ਉਹ ਲੈ ਕੇ ਆਏ ਮੇਰੇ ਕੋਲ ਸਕ੍ਰਿਪਟ, ਸੋ ਬੜਾ ਹੀ ਇੰਟਰਸਟਿੰਗ ਸਬਜੈਕਟ ਲੱਗਿਆ, ਜੀ ਕੀਤਾ ਐਜ਼ ਐਨ ਐਕਟਰ ਕਿ ਹਾਂਜੀ ਇਹ ਕੁਛ ਅਲੱਗ ਜਿਹੀ ਚੀਜ਼ ਹੈ। ਅੱਗੇ ਤਾਂ ਵੱਖਰੀਆਂ ਜਿੱਦਾਂ ਰੋਲ ਕੀਤੇ ਹੀ ਹੋਏ ਸੀਗੇ ਜਿਹੜੇ ਸੋਫਟ ਅਤੇ ਪ੍ਰਿਟੀ ਜਾਂ ਬਿਊਟੀਫੁਲ ਰੋਲਸ ਕੀਤੇ ਸੀਗੇ, ਪਰ ਇਹ ਜਿਹੜੀ ਇੱਕ ਹਾਰਡ ਹਿੱਟਿੰਗ ਸਟੋਰੀ ਹੈ ਜਿਹੜੀ ਇੱਕੋ ਹੀ ਫਿਲਮ 'ਚ ਸਾਰੇ ਵੇਰੀਏਸ਼ਨ ਨੇ ਇੱਕੋ ਹੀ ਕੈਰੈਕਟਰ 'ਚ ਲੈ ਕੇ, ਉਹ ਇੱਕ ਵਧੀਆ ਚੈਲੰਜ ਲੱਗਿਆ ਅਤੇ ਮੈਨੂੰ ਲੱਗਿਆ ਕਿ ਫਿਰ ਇਹ ਚੈਲੰਜ ਲੈ ਲੈਣਾ ਚਾਹੀਦਾ। ਅੱਛਾ, ਟਰੂ ਇਵੈਂਟ ਤੁਸੀਂ ਦੱਸਿਆ ਤਾਂ ਹੈਗਾ ਕਿ ਇੰਸਪਾਇਰਡ ਇੱਕ ਰੀਅਲ ਸਟੋਰੀ ਤੋਂ ਹੈਗੀ, ਕੀ ਤੁਸੀਂ ਦੱਸ ਸਕਦੇ ਹੋ ਜਿਹੜੀ ਆਡੀਅੰਸ ਇਸ ਵਕਤ ਦੇਖ ਰਹੇ ਨੇ, ਵਿਊਅਰਸ ਦੇਖ ਰਹੇ ਨੇ, ਵੀ ਕਿਹੜਾ ਕਿਹੜੇ ਪਾਰਟ ਦਾ ਹੈਗਾ, ਕਿ ਇਹ ਪੰਜਾਬੀ ਇੱਕ ਕਹਾਣੀ ਹੈਗੀ ਹੈ ਕਿ ਉਹਦੇ ਨਾਲ ਵਾਪਰੀ ਸੀ ਕਿਸੇ ਕੁੜੀ ਨਾਲ? ਇੱਦਾਂ ਬੇਸਿਕਲੀ ਇੱਕ ਟਰੂ ਇੰਸੀਡੈਂਟ ਹੋਇਆ ਸੀ, ਉਹਨਾਂ ਤੋਂ ਇੰਸਪਾਇਰਡ ਹੈ ਇਹ ਸਟੋਰੀ, ਬਟ ਇਹ ਸਾਡੇ ਕੋਲ ਜਦੋਂ ਸਟੋਰੀ ਆਈ ਸੀਗੀ ਇਹ ਜਿਹੜੇ ਜੈ ਵੀ ਟਾਂਡਾ ਸਾਡੇ ਡਾਇਰੈਕਟਰ ਨੇ ਉਹ ਲੈ ਕੇ ਆਏ ਸੀ ਸਾਡੇ ਕੋਲ ਸਟੋਰੀ, ਸੋ ਵੀ ਡੋਂਟ ਨੋ ਐਗਜੈਕਟਲੀ ਇੱਕ ਪਲੱਸ ਪਰਸਨਲ ਰੀਜ਼ਨਸ ਕਰਕੇ ਵੀ ਜਿਹਨਾਂ ਦੀ ਇਹ ਸਟੋਰੀ ਸੀਗੀ ਉਹ ਇਹਨੂੰ ਨਹੀਂ ਮਤਲਬ ਬਾਹਰ ਲਿਆਉਣਾ ਚਾਹੁੰਦੇ ਸੀ ਆਪਣਾ ਨਾਂ, ਅਤੇ ਅਸੀਂ ਫਿਰ ਉਹਨੂੰ ਅੰਡਰ ਰੈਪਸ ਰੱਖਿਆ, ਬਟ ਬਿਕੋਜ਼ ਇਹ ਸਟੋਰੀ ਬੜੀ ਹੀ ਸਟਰੋਂਗ ਸੀਗੀ ਅਤੇ ਅਸੀਂ ਕਿਹਾ ਇਹਦੇ 'ਤੇ ਇੱਕ ਫਿਲਮ ਦਰਸਾਉਣੀ ਚਾਹੀਦੀ ਹੈ, ਬਿਕੋਜ਼ ਇਹ ਇੱਕ ਬਹੁਤ ਹੀ ਇੰਸਪੀਰੇਸ਼ਨਲ ਸਟੋਰੀ ਹੈ
ਮਤਲਬ ਇਹ ਨਹੀਂ ਕਿ ਕੋਈ ਨੋਰਮਲ ਜੀ ਕਹਾਣੀ ਜਾਂ ਮਤਲਬ ਐਸੀ ਕੋਈ ਬਹੁਤ ਹੀ ਸਟਰੋਂਗ ਸੈਂਸ ਆਫ ਜਜ਼ਬਾ ਬਹੁਤ ਇਹਦੇ 'ਚ ਸਟਰੋਂਗ ਹੈਗਾ। ਜਜ਼ਬੇ ਨਾਲ ਅਮਨ ਇੱਕ ਦਾਤੀ ਫੜੀ ਹੋਈ ਹੈ ਇਹਨਾਂ ਦੇ ਇੱਕ ਨੇ ਕਿੰਨਾ ਨਠਾਇਆ ਉਹ ਦਾਤੀ ਨੇ ਤੁਹਾਨੂੰ ਦਾਤੀ ਨੇ ਹੀ ਮੈਂ ਸਿਰੇ ਹੀ ਲਾਤੀ ਬਹੁਤ ਨਠਾਇਆ ਉਹੀ ਸੀਗਾ ਵੀ ਕਦੇ ਜਦੋਂ ਗੁਰਰਾਜ ਜੀ ਦੇ ਕਰੈਕਟਰ ਨੂੰ ਦੇਖਦੇ ਹੁੰਦੇ ਸੀ ਫਿਲਮਾਂ ਦੇ ਵਿੱਚ ਕੋਈ ਸੋਚਦਾ ਨਹੀਂ ਹੋਣਾ ਕਿ ਨਹੀਂ ਐਡਾ ਵੀ ਖੁੰਖਾਰ ਜਿਹਾ ਕਰੈਕਟਰ ਕਦੇ ਕਰ ਉਸੇ ਦਾਤੀ ਕਰਕੇ ਟ੍ਰੇਲਰ 'ਚ ਆਊਟਪੁੱਟ ਬਹੁਤ ਵਧੀਆ ਸੀ। ਨੋ ਡਾਊਟ ਨੋ ਡਾਊਟ ਆ ਪਿੱਛੇ ਹੁਣ ਜਿੱਦਾਂ ਪੋਸਟਰਸ ਦੇ ਦਿਖਦਾ ਹੈਗਾ ਕਿ ਨਹੀਂ ਇੱਕ ਸਟਰੋਂਗ ਕਰੈਕਟਰ ਨਜ਼ਰ ਆ ਜਿਹਦਾ ਤੁਸੀਂ ਦੇਖਿਆ ਵੀ ਹੋਣਾ ਆਈ ਮੀਨ ਅਮਨ ਦੀ ਇਮੇਜ ਇਹੋ ਜਿਹੀ ਹੈਗੀ ਕਿ ਵਧੀਆ ਮਤਲਬ ਪੋਜ਼ਿਟਿਵ ਇਮੇਜ ਹੈਗੀ ਹੈ ਫਿਲਮਾਂ ਜਦੋਂ ਕੀਤੀ ਅਤੇ ਇੱਥੇ ਸਾਡੀ ਫਿਲਮ 'ਚ ਬਿਲਕੁਲ ਇੱਕਦਮ ਨੈਗੇਟਿਵ ਨੇ ਅਤੇ ਉਹ ਵਿਚਾਰੇ ਵੈਸੇ ਬਹੁਤ ਹੀ ਸੋਫਟ ਸਪੋਕਨ ਨੇ ਸਾਡੇ ਸੈੱਟ 'ਤੇ ਵੀ ਕਦੇ ਕਦੇ ਅਸੀਂ ਬਈ ਹਿਲਾ ਕੇ ਕਹਿਣਾ ਸੀ ਹੁਣ ਬੋਲ ਸੁਣੀਏ ਕਿ ਬਈ ਆਵਾਜ਼ ਵੀ ਹੈਗੀ ਹੈ ਤੁਹਾਡੇ 'ਚ ਪਰ ਬਹੁਤ ਹੀ ਸੋਫਟ ਪਰਸਨੈਲਿਟੀ ਹੈਗੇ ਨੇ ਅਤੇ ਇਹਨਾਂ ਦਾ ਜਿਹੜਾ ਕੰਟਰਾਸਟ ਰੱਖਿਆ ਆ ਫਿਲਮ 'ਚ ਬਹੁਤ ਹੀ ਇੱਕਦਮ ਨੈਗੇਟਿਵ ਅਤੇ ਬਹੁਤ ਵਧੀਆ ਇਹਨਾਂ ਨੇ ਕੈਰੈਕਟਰ ਪਲੇ ਕੀਤਾ। ਸੋ ਜਿੱਥੇ ਤੱਕ ਦਾਤਰੀ ਲੈ ਕੇ ਅਸੀਂ ਭੱਜੇ ਹਾਂ ਬੜੇ ਮੀਂਹ 'ਚ ਵੀ ਭਜਾਇਆ ਚਿੱਕੜ 'ਚ ਵੀ ਭਜਾਇਆ ਸਾਰੇ ਇਹਨਾਂ ਬਸ ਭਜਾਉਂਦੇ ਹੀ ਰਹੇ ਸੀਗੇ। ਸੋ ਬਹੁਤ ਹੀ ਇੰਟਰਸਟਿੰਗ ਟਾਈਮ ਰਿਹਾ ਸੀਗਾ ਜੀ ਹਾਂਜੀ ਸ਼ੂਟਿੰਗ। ਅਤੇ ਅਮਨ ਸਭ ਤੋਂ ਜ਼ਿਆਦਾ ਮਤਲਬ ਸਿੱਖਣ ਵਾਲੀ ਜਿਹੜੀ ਗੱਲ ਰਹੀ ਹੈ ਕਹਿੰਦੇ ਨੇ ਪਿੱਕ ਆਫ ਦਾ ਮੂਵੀ ਹੁੰਦਾ ਇੱਕ ਇਸ ਮੂਵੀ ਹਰੇਕ ਜਦੋਂ ਵੀ ਕੋਈ ਕੰਮ ਕਰਦਾ ਬੰਦਾ ਹਰੇਕ ਪ੍ਰੋਜੈਕਟ ਵਿੱਚੋਂ ਇੱਕ ਚੀਜ਼ ਹੁੰਦੀ ਜਿਹੜੀ ਕਿ ਬਹੁਤ ਜ਼ਿਆਦਾ ਖਿੱਚ ਪਾਉਂਦੀ ਹੈ ਆਪਣੇ ਵੱਲ। ਇਸ ਮੂਵੀ 'ਚੋਂ ਤੁਹਾਨੂੰ ਖਾਸ ਤੌਰ 'ਤੇ ਕਿਹੜੀ ਚੀਜ਼ ਲੱਗੀ ਕਿ ਤੁਹਾਨੂੰ ਖਿੱਚ ਪਾਈ ਜਿਹੜੀ ਕਿ ਓਬਵੀਅਸਲੀ ਆਡੀਅੰਸ ਲਈ ਵੀ ਸੁਣਨ ਦੇ ਤੌਰ 'ਤੇ ਦੇਖਣ ਦੇ ਤੌਰ 'ਤੇ ਬੜੀ ਇੰਟਰਸਟਿੰਗ ਹੋਏਗੀ? ਫਸਟ ਆਫ ਆਲ ਤਾਂ ਇੱਕ ਤਾਂ ਮੈਂ ਕਦੇ ਜਿਸ ਹਿਸਾਬ ਨਾਲ ਡਾਇਲੋਗ ਡਿਲੀਵਰੀ ਹੈ ਕਿਸੇ ਨੂੰ ਲਾਊਡ ਬੁਲਾਉਣਾ ਨਾ ਕਰ ਲੂਗਾ ਕਿ ਨਹੀਂ ਕਰ ਲੂਗਾ, ਬਟ ਚੱਲ ਜੈਵੀ ਜੀ ਨੇ ਕੋਨਫੀਡੈਂਸ ਦਿਖਾਇਆ ਫਿਰ ਮੈਂ ਕਰ ਸਕਦਾ, ਮੈਨੂੰ ਵੀ ਆ ਗਿਆ ਮੈਂ ਕਰ ਸਕਦਾ, ਬਟ ਵਧੀਆ ਆਇਆ। ਬਟ ਇੱਕ ਸੀਨ ਸੀਗਾ ਮੈਡਮ ਦੇ ਨਾਲ ਹੀ ਸੀਗਾ, ਐਕਸੀਡੈਂਟ ਦਾ ਕੋਈ ਸੀਨ ਸੀਗਾ, ਉਹ ਸੀਨ ਮੈਨੂੰ ਉੱਥੋਂ ਕਾਫੀ ਕੁਛ ਸਿੱਖਣ ਨੂੰ ਮਿਲਿਆ ਵੀ ਕਿੱਦਾਂ ਤੁਸੀਂ ਇੱਕ ਐਕਸ਼ਨ ਨੂੰ ਕਰਨਾ ਆ ਜਾਂ ਰਿਐਕਸ਼ਨਸ ਲਈ। ਇੱਕ ਮੇਰੇ ਅੱਖਾਂ ਦੇ ਵਿੱਚ ਜਿਹੜਾ ਇੱਕ ਸ਼ਰਾਬੀ ਦਾ ਦਿਖਾਉਣਾ ਸੀ ਉਹ ਥੋੜ੍ਹਾ ਜਿਹਾ ਆ ਰਿਹਾ ਸੀ ਮੈਨੂੰ, ਮੈਡਮ ਮੈਨੂੰ ਗਾਈਡ ਕੀਤਾ ਥੋੜ੍ਹਾ ਅਤੇ ਉਹ ਫਿਰ ਪੂਰਾ ਫੀਲ ਆਇਆ ਇਹਨਾਂ ਨੇ ਗਾਈਡ ਕਰਨ ਤੋਂ। ਆਈ ਥਿੰਕ ਇੱਕ ਚੰਗੇ ਐਕਟਰ ਦੀ ਇਹੀ ਹੁੰਦਾ ਹੈ ਫੈਕਟਰ ਕਿ ਜਿਹੜੇ ਅਸਲ ਲਾਈਫ 'ਚ ਹੁੰਦੇ ਹੈ ਜ਼ਰੂਰੀ ਨਹੀਂ ਕਿ ਜਦੋਂ ਉਹ ਕਿਰਦਾਰ ਨਿਭਾਉਣ ਕਿ ਬਿਲਕੁਲ ਉਹ ਕਰ ਨਾ ਪਾਉਣ, ਬਿਕੋਜ਼ ਅਸਲ ਜ਼ਿੰਦਗੀ 'ਚ ਬਈ ਇੰਨੇ ਸੋਬਰ ਨੇ ਅਤੇ ਬਿਲਕੁਲ ਹੀ ਜਿਹੜਾ ਇਹਨਾਂ ਨੇ ਨੈਗੇਟਿਵ ਕੈਰੈਕਟਰ ਕੀਤਾ, ਮੈਂ ਇਹਨਾਂ ਨੂੰ ਮੁਬਾਰਕਬਾਦ ਦੇਣਾ ਚਾਹੂੰਗੀ ਇਹਨਾਂ ਨੇ ਕਨਵਿੰਸਿੰਗਲੀ ਬਈ ਸਾਨੂੰ ਉਹ ਜਿਤਾ ਦੇਣਾ ਸਕਰੀਨ 'ਤੇ ਕਿ ਬਹੁਤ ਹੀ ਬਈ ਬਹੁਤ ਹੀ ਵਧੀਆ ਐਕਟਰ। ਨਾਲੇ ਮੈਂ ਦਿਲੋਂ ਉਮੀਦ ਕਰਦਾ ਕਿ ਸਾਰੇ ਜਣੇ ਤੁਹਾਡੇ ਨਾਲ ਨਫ਼ਰਤ ਕਰਨ ਲੱਗ ਜਾਣ, ਕਰੈਕਟਰ ਦੀ ਜਿੱਤ ਹੋਏਗੀ ਕਿ ਨਹੀਂ? ਇੱਕ ਨੈਗੇਟਿਵ ਕਰੈਕਟਰ ਜਿਹੜਾ ਹੁੰਦਾ ਛਾਪ ਛੱਡਣੀ ਹੁੰਦੀ ਹੈ ਕਿ ਨਹੀਂ, ਤੁਹਾਡਾ ਕਰੈਕਟਰ ਉਹ ਜਿਉਂਦਾ ਰਹੇ। ਗੱਬਰ ਸਿੰਘ ਤੋਂ ਸਾਰੇ ਜਿੱਦਾਂ ਨਫ਼ਰਤ ਕਰਨ ਲੱਗ ਗਏ ਸੀ ਕਿ ਨਹੀਂ? ਮੇਰੇ ਲਈ ਤਾਂ ਇਹ ਬਹੁਤ ਵੱਡੀ ਗੱਲ ਹੈ ਜੀ, ਗੁਰਰਾਜ ਜੀ ਨੇ ਵੱਡੀ ਗੱਲ ਕਹਿ ਦਿੱਤੀ ਕਿ ਵਧੀਆ ਕੀਤਾ। ਲੈਟਸ ਹੋਪ ਕਿ ਸਾਰਿਆਂ ਦੀ ਪਰਫੋਰਮੈਂਸਿਸ ਜਿੱਦਾਂ ਦੀ ਚਾਹੁੰਦੇ ਸੀ ਵੀ ਨਿਕਲ ਕੇ ਆਉਣ, ਉਹ ਸਾਹਮਣੇ ਵੀ ਆਉਣ, ਨਜ਼ਰ ਵੀ ਆਉਣ ਸਾਡਾ ਕੰਮ ਜਿਹੜਾ ਹੈਗਾ। ਸੋ ਦੋਸਤੋ, ਨਿਧੀ ਸਿੰਘ 22 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ, ਪਰ ਫਿਲਹਾਲ ਇੱਥੇ ਮੁਲਾਕਾਤ ਆਪਾਂ ਗੁਰਰਾਜ ਜੀ ਨਾਲ ਅਤੇ ਅਮਨ ਭਾਜੀ ਨਾਲ ਕਰ ਰਹੇ ਹਾਂ। ਨਿੱਕੀ ਜੀ ਆਪਾਂ ਬ੍ਰੇਕ ਲਵਾਂਗੇ, ਬ੍ਰੇਕ ਤੋਂ ਉਸ ਪਾਰ ਹੋਰ ਬਹੁਤ ਸਾਰੀਆਂ ਗੱਲਾਂ ਫਿਲਮ ਰਿਲੇਟਡ, ਬਸ ਫਿਰ ਮਿਲਦੇ ਹਾਂ ਜੀ। ਬ੍ਰੇਕ ਤੋਂ ਬਾਅਦ ਬੇਲੀਓ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। PTC ਸ਼ੋਕੇਸ ਤੁਸੀਂ ਵੇਖ ਰਹੇ ਹੋ ਅਤੇ ਮੁਲਾਕਾਤ ਆਪਾਂ ਕਰ ਰਹੇ ਹਾਂ ਜੀ 22 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਫਿਲਮ ਨਿਧੀ ਸਿੰਘ ਦੀ ਸਟਾਰ ਕਾਸਟ ਦੇ ਨਾਲ ਅਤੇ ਸਾਕਸ਼ਾਤ ਨਿਧੀ ਸਿੰਘ ਦੇ ਨਾਲ। ਸੋ ਨਿਧੀ ਸਿੰਘ, ਆਪਣੇ ਆਪ ਵਿੱਚ ਜਿਹੜਾ ਕਰੈਕਟਰ ਜਿਉਣਾ ਸੀਗਾ ਤੁਹਾਡੇ ਲਈ, ਬਿਕੋਜ਼ ਇਹਦੇ 'ਚ ਐਕਸ਼ਨ ਵੀ ਆਏ, ਬਹੁਤ ਸਾਰਾ ਐਕਸ਼ਨ ਦਿਖਾਇਆ ਗਿਆ, ਮਾਰ ਧਾੜ ਦਿਖਾਈ ਗਈ ਹੈ, ਤਾਂ ਕਿੰਨਾ ਕੁ ਈਜ਼ੀ ਸੀਗਾ, ਕਿੰਨਾ ਕੁ ਟਫ ਸੀਗਾ ਇਸ ਕਰੈਕਟਰ ਵਿੱਚ ਆਪਣੇ ਆਪ ਨੂੰ ਢਾਲਣਾ? ਟਫ ਕਹਿਣ ਨੂੰ ਤਾਂ ਬਹੁਤ ਸਿੰਪਲ ਜੀ ਚੀਜ਼ ਵੀ ਬਹੁਤ ਟਫ ਹੁੰਦੀ ਹੈ ਐਕਟਿੰਗ ਲਈ, ਜਿੱਦਾਂ ਕਹਿੰਦੇ ਕਾਮੇਡੀ ਜਦੋਂ ਅਸੀਂ ਕਰਦੇ ਹਾਂ ਇੱਕ ਟਾਈਮਿੰਗ ਜੇ ਕਰੈਕਟ ਨਾ ਆਵੇ ਤਾਂ ਉਹ ਵੀ ਬਹੁਤ ਔਖੀ ਹੈ। ਬਿਲਕੁਲ ਬਿਲਕੁਲ। ਅਤੇ ਜੇ ਕਰਨ ਲਈ ਇਹੋ ਜਿਹੀ ਚੀਜ਼ਾਂ ਵੀ ਜੇ ਤੁਸੀਂ ਇੱਕ ਵਾਰ ਉਹ ਕੈਰੈਕਟਰ ਨੂੰ ਆਪਣੇ ਆਪ ਅਬਜ਼ੋਰਬ ਕਰ ਲਓ ਅਤੇ ਫਿਰ ਇਹ ਤੁਹਾਡੀ ਇੱਕ ਸਕਿਨ ਬਣ ਜਾਂਦੀ ਹੈ, ਸੈਕਿੰਡ ਸਕਿਨ ਬਣ ਜਾਂਦੀ ਹੈ, ਤੁਹਾਡੀ ਚਮੜੀ ਬਣ ਜਾਂਦੀ ਹੈ ਤੁਹਾਡਾ ਕੈਰੈਕਟਰ। ਸੋ ਜਦੋਂ ਇਹ ਸਟੋਰੀ ਸਟਾਰਟ ਹੀ ਅਸੀਂ ਲੀਨੀਅਰ ਫੋਰਮੈਟ 'ਤੇ ਕੀਤੀ ਸੀ ਅਤੇ ਇਹਦਾ ਜਿਹੜੀ ਸ਼ੁਰੂਆਤ ਹੈ ਕਹਾਣੀ ਦੀ ਹੈਗੀ ਹੈ ਬਹੁਤ ਹੀ ਸਵੀਟ ਇਨੋਸੈਂਟ ਇੱਕ ਛੋਟੇ ਜਿਹੇ ਪਿੰਡ ਦੀ ਇੱਕ ਸਟੋਰੀ ਹੈ ਅਤੇ ਉਹ ਜਦੋਂ ਅਸੀਂ ਸਟਾਰਟ ਕੀਤੀ ਫਿਲਮ ਉਦੋਂ ਲੱਗਿਆ ਕਿ ਨਹੀਂ ਯਾਰ ਇਹ ਮਤਲਬ ਕੈਰੈਕਟਰ ਵੱਧ ਰਿਹਾ, ਗਰੋ ਕਰ ਰਿਹਾ ਹੈਗਾ ਅਤੇ ਉਹਦੇ ਨਾਲ 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 ਤੁਸੀਂ ਕੈਰੈਕਟਰ ਸੰਭਾਲਦੇ ਗਏ। ਬਹੁਤ ਇੰਟੈਂਸ ਵੀ ਪਰਫੋਰਮੈਂਸਿਸ ਹੈਗੀਆਂ ਨੇ ਜਦੋਂ ਐਕਸ਼ਨ ਅਸੀਂ ਕੀਤਾ। ਹਾਂਜੀ, ਐਕਸ਼ਨ ਲਈ ਥੋੜ੍ਹਾ ਜਿਹਾ ਫਿਜ਼ੀਕਲ ਸਟੈਮਿਨਾ ਵੀ ਕਾਫੀ ਚਾਹੀਦਾ ਹੈਗਾ, ਪਲੱਸ ਐਟ ਦ ਸੇਮ ਟਾਈਮ ਕੀਤਾ ਹੈ ਮੈਂ ਅੱਗੇ ਐਕਸ਼ਨ, ਬਟ ਇੰਨਾ ਇੰਟੈਂਸ ਐਕਸ਼ਨ ਨਹੀਂ ਕੀਤਾ ਅਤੇ ਸੱਟਾ ਸੁੱਟਾ ਵੀ ਕਈ ਵਾਰੀ ਲੱਗੀਆਂ, ਬਟ ਫਿਰ ਹੁਣ ਦੇਖੀਦਾ ਜਦੋਂ ਇਹਦੀ ਆਊਟਪੁੱਟ। ਸੋ ਆਈ ਥਿੰਕ ਇਟਸ ਵਰਥ, ਜਿਹੜੀ ਸੱਟਾਂ ਲੱਗੀਆਂ ਉਹ ਠੀਕ ਹੈ, ਭੁੱਲ ਜਾਈਦਾ। ਅਮਨ, ਤੁਸੀਂ ਜਿੱਦਾਂ ਕਿ ਪੰਜਾਬੀ ਫਿਲਮਾਂ ਕੀਤੀਆਂ ਵੀ ਹੈਗੀਆਂ, ਮਾਹੌਲ ਵੀ ਦੇਖਿਆ ਕਿ ਨਹੀਂ ਜ਼ਿਆਦਾ
ਵੀਡੀਓਜ਼ ਵਿੱਚ ਵੀ ਤੁਸੀਂ ਤੁਹਾਨੂੰ ਦੇਖਦੇ ਆਏ ਹੈਗੇ। ਨਿਧੀ ਸਿੰਘ ਇੱਕ ਫੀਮੇਲ ਓਰੀਐਂਟਿਡ ਫਿਲਮ ਹੈਗੀ ਆ, ਤੁਹਾਨੂੰ ਕੀ ਲੱਗਦਾ ਜਿਹੜੀ ਆਡੀਅੰਸ ਹੈਗੀ ਆ ਇਹਦੀ ਐਕਸੈਪਟੈਂਸ? ਤੁਸੀਂ ਦੇਖਿਆ ਹੀ ਆ ਜਿੱਦਾਂ ਕੌਮੇਡੀ ਨੂੰ ਬਹੁਤ ਜ਼ਿਆਦਾ ਲਾਈਕ ਕਰਦੇ ਆ, ਲਾਊਡ ਬਹੁਤ ਹੁੰਦੇ ਪੰਜਾਬੀ ਹਰੇਕ ਚੀਜ਼ ਨੂੰ, ਇਹ ਫਿਲਮ ਵਿੱਚ ਕੰਮ ਕਰਨ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਪੰਜਾਬੀ ਆਡੀਅੰਸ ਇਹਦੇ ਵੱਲ ਝੁਕਾਅ ਆਏਗਾ? ਤਾਂ ਆਊਗਾ ਜੀ, ਡੈਫੀਨੇਟਲੀ ਆਊਗਾ, ਕਿ ਐਕਚੁਅਲੀ ਆਪਣੇ ਪੰਜਾਬੀ ਇੰਡਸਟਰੀ 'ਚ ਕਰਨਾ ਸਾਰੇ ਚਾਹੁੰਦੇ ਆ, ਪਰ ਕੋਈ ਫਸਟ ਸਟੈਪ ਨਹੀਂ ਚੱਕਦਾ। ਅੰਗਰੇਜ਼ ਮੂਵੀ ਆਈ ਸੀ, ਉਸ ਤੋਂ ਬਾਅਦ ਸਾਰੇ ਹੀ ਉਹ ਇੱਕ ਇੱਕ ਲੈਵਲ ਇੱਧਰ ਨੂੰ ਤੁਰ ਪਏ। ਹੁਣ ਇਹ ਨਿਧੀ ਸਿੰਘ ਆਊਗੀ, ਹੁਣ ਇਸ ਤੋਂ ਬਾਅਦ ਸਾਰੇ ਇਹਨਾਂ ਨੂੰ ਫੋਲੋ ਕਰਨਗੇ, ਕਿਉਂਕਿ ਬਹੁਤ ਡਿਫਰੈਂਟ ਹੈ, ਤੁਸੀਂ ਟ੍ਰੇਲਰ ਤੋਂ ਦੇਖਿਆ ਹੀ ਆ। ਅਤੇ ਡਾਇਰੈਕਟਰ ਜੈਵੀ ਭਾਈ ਦੀ ਜੇ ਆਪਾਂ ਗੱਲ ਕਰੀਏ ਕਿ ਨਹੀਂ, ਤਾਂ ਉਹ ਕਿੰਨੇ ਕੁ ਜ਼ਿਆਦਾ ਅਟੈਚਡ ਸੀਗੇ ਇਸ ਕੌਨਸੈਪਟ ਨਾਲ? ਸਟੋਰੀ ਜੀ ਉਹ ਲੈ ਕੇ ਆਏ ਸੀਗੇ, ਉਹਨਾਂ ਨੇ ਕਾਫੀ ਕੰਮ ਕੀਤਾ, ਬਟ ਬਿਕੋਜ਼ ਸ਼ੁਰੂਆਤ ਹੁੰਦੀ ਹੈ ਕਿਸੇ ਦੀ ਵੀ, ਇੱਕ ਕੋਈ ਵੀ ਟੈਕਨੀਸ਼ੀਅਨ ਜਿਹੜਾ ਹੁੰਦਾ ਉਹ ਜੋ ਸ਼ੁਰੂ 'ਚ ਆਉਂਦਾ ਹੈਗਾ, ਸਰਟਨ ਚੀਜ਼ਾਂ 'ਤੇ ਹੋਰ ਕੰਮ ਕਰਨਾ ਪੈਂਦਾ, ਅਤੇ ਜਦੋਂ ਉਹ ਫਿਰ ਸਟਾਰਟ ਹੋਈ ਸਾਡੀ ਫਿਲਮ, ਅਤੇ ਸਾਡੀ ਟੀਮ ਬਹੁਤ ਵਧੀਆ ਸੀਗੀ, ਬਾਕੀ ਵੀ ਜਿਹੜੇ ਸਾਡੇ ਡੀ ਓ ਪੀ ਸੀਗੇ, ਸਾਡੇ ਪ੍ਰੋਡਿਊਸਰ ਸੀਗੇ, ਬਾਕੀ ਸਾਰੇ ਐਕਟਰਸ ਵੀ ਸੀਗੇ, ਸਾਰਿਆਂ ਦੀ ਇਨਪੁੱਟ ਜਦੋਂ ਇਕੱਠੀ ਹੋਈ, ਐਂਡ ਆਈ ਥਿੰਕ ਮੈਨੂੰ ਬਹੁਤ ਵਧੀਆ ਲੱਗਦਾ ਹੈ ਕਿ ਜਦੋਂ ਸਾਰੇ ਆਪਣੇ ਰਲ ਮਿਲ ਕੇ ਇੱਕ ਰੱਗ ਨਾਲ ਫਿਲਮ ਬਣਾਉਂਦੇ ਆ, ਅਤੇ ਉਹ ਦਿਖਦੀ ਵੀ ਹੈ ਕਿ ਸਾਰਿਆਂ ਨੇ ਮਿਲ ਕੇ ਕੰਮ ਕੀਤਾ। ਸੋ ਆਈ ਵਿਲ ਸੇ ਦੈਟ ਕਿ ਅਫਕੋਰਸ ਡਾਇਰੈਕਟਰ ਜਿਹੜੇ ਹੁੰਦੇ ਆ ਉਹ ਕੈਪਟਨ ਹੁੰਦੇ ਆ ਸ਼ਿਪ ਦੇ, ਉਹਨਾਂ ਨੂੰ ਕੰਟਰੋਲ ਕਰਨੀ ਪੈਂਦੀ ਹੈ ਸਾਰੀ ਸਿਚੁਏਸ਼ਨ, ਬਟ ਡੈਫੀਨੇਟਲੀ ਐਕਟਰਸ ਦਾ ਵੀ ਬਹੁਤ ਵੱਡਾ ਕੰਟਰੀਬਿਊਸ਼ਨ ਸੀਗਾ, ਸਾਰੇ ਟੈਕਨੀਸ਼ੀਅਨਸ ਦਾ ਵੀ ਬਹੁਤ ਵੱਡਾ ਕੰਟਰੀਬਿਊਸ਼ਨ ਸੀਗਾ, ਜਿਹੜੀ ਹੁਣ ਫਿਲਮ ਬਣ ਕੇ ਆ ਰਹੀ ਹੈ ਜਾਂ ਜਿਹੜਾ ਸਾਡਾ ਪ੍ਰੋਡਕਟ ਨਿਕਲ ਰਿਹਾ ਹੈ। ਆਈ ਥਿੰਕ ਇਟਸ ਅ ਕੰਪਲੀਟ ਹੋਲਸਮ ਟੀਮ ਵਰਕ। ਅਤੇ ਮੈਮ ਕਿੱਥੇ ਸ਼ੂਟ ਹੋਈ ਹੈ ਫਿਲਮ, ਪੰਜਾਬ ਦੇ ਕਿਹੜੇ ਪਾਰਟ ਵਿੱਚ ਜ਼ਿਆਦਾ ਮਤਲਬ ਸ਼ੂਟ ਰਿਹਾ? ਤਾਂ ਇਹ ਜੀ ਬੇਸਿਕਲੀ ਸਾਡਾ ਇੱਕ ਪਿੰਡ ਸੀਗਾ ਕੁਰਾਲੀ ਕੋਲ, ਖਰੜ ਕੋਰ ਵਿੱਚ ਭਾਗੋ ਮਾਜਰਾ, ਅਤੇ ਉਹਦੇ 'ਚ ਅਸੀਂ ਸਾਰਾ ਕੁਛ ਉੱਥੇ ਕੀਤਾ। ਬਹੁਤ ਹੀ ਸੋਹਣਾ ਪਿੰਡ ਹੈਗਾ, ਅਤੇ ਲੋਕ ਉਹਨਾਂ ਦੇ ਬਹੁਤ ਹੀ ਸਪੋਰਟਿਵ ਸੀਗੇ ਸਾਡੀ ਫਿਲਮਾਂ। ਯੂਜਲੀ ਲੋਕ ਫਿਲਮਾਂ ਵਾਲੇ ਜਿਹੜੇ ਹੁੰਦੇ ਆ ਉਹਨਾਂ ਤੋਂ ਤੰਗ ਤੁੰਗ ਆ ਜਾਂਦੇ ਆ, ਕਿਉਂਕਿ ਅਸੀਂ ਬੜਾ ਸ਼ੋਰ ਸ਼ਰਾਬਾ ਕੀਤਾ, ਨਾਲੇ ਰਾਤ ਨੂੰ ਵੀ ਸ਼ੂਟਸ ਕੀਤੀਆਂ, ਜਦੋਂ ਬੇਚਾਰੇ ਸਹੁਰੇ ਹੁੰਦੇ ਸੀਗੇ, ਅਤੇ ਅਸੀਂ ਹੋਰ ਹੀ ਆਪਣਾ ਮਤਲਬ, ਅਤੇ ਉਹ ਫਿਰ ਉਹਨਾਂ ਨੇ ਬਹੁਤ ਹੀ ਸਾਨੂੰ ਪਿਆਰ ਨਾਲ ਰੱਖਿਆ, ਐਂਡ ਮੈਂ ਉਹ ਸਪੈਸ਼ਲ ਥੈਂਕਸ ਉਹਨਾਂ ਨੂੰ ਕਹਿਣਾ ਚਾਹਾਂਗੀ ਜਿਹੜੇ ਭਾਗੋ ਮਾਜਰਾ ਵਾਲੇ ਜੇ ਦੇਖ ਰਹੇ ਨੇ ਹੁਣ ਇਸ ਵੇਲੇ ਆਡੀਅੰਸ, ਅਤੇ ਸਾਡਾ ਬਹੁਤ ਬਹੁਤ ਥੈਂਕ ਯੂ, ਤੁਸੀਂ ਬਹੁਤ ਸਾਨੂੰ ਸਪੋਰਟ ਕੀਤਾ। ਮੈਂ ਐਂਡ ਵਿੱਚ ਇੰਟਰਵਿਊ ਦੇ ਹਰੇਕ ਦੇ ਕਹਿੰਦਾ ਕਿ ਟਰਾਲੀਆਂ ਭਰ ਕੇ ਸਿਨੇਮਾ ਤੱਕ ਪਹੁੰਚੋ, ਤਾਂ ਕਿ ਸਾਰੀਆਂ ਫਿਲਮਾਂ, ਨੋ ਡਾਊਟ ਜਦੋਂ ਵੀ ਐਫਰਟਸ ਪਾਉਣੇ ਇੱਕ ਬਹੁਤ ਮਿਹਨਤ ਲੱਗਦੀ ਹੈ। ਹੁਣ ਭਾਗੋ ਮਾਜਰਾ ਵਾਲੇ ਨੂੰ ਖਾਸ ਤੌਰ 'ਤੇ ਕਹਿਣਾਗੇ ਕਿ ਤੁਸੀਂ ਤਾਂ ਟਰਾਲੀਆਂ ਜ਼ਰੂਰ ਭਰ ਲਿਓ। ਅਤੇ ਜੇ ਆਪਾਂ ਤੁਹਾਡੇ ਨਾਲ ਜਿੱਦਾਂ ਆਸ਼ੀਸ਼ ਦੁੱਗਲ ਭਾਅ ਜੀ ਵੀ ਹੈਗੇ ਨੇ ਫਿਲਮ 'ਚ, ਹੋਰ ਕਿਹੜੇ ਕਿਹੜੇ ਕਰੈਕਟਰਸ ਹੈਗੇ ਆ ਜਿਹੜੇ ਕਿ ਇੱਕ ਛਾਪ ਛੱਡਣ ਵਾਲਾ ਕਹਿੰਦੇ ਨੇ ਕਿ ਸਭ ਕੰਮ ਕੀਤਾ ਉਹਨਾਂ ਨੇ? ਆਸ਼ੀਸ਼ ਦੁੱਗਲ ਜੀ ਨੇ, ਸੀਮਾ ਕੌਸ਼ਲ ਜੀ ਨੇ ਆਪਣੇ ਅਮਨ 'ਤੇ ਹੈਗੇ, ਦੈਨ ਨਿਰਮਲ ਰਿਸ਼ੀ ਜੀ ਹੈਗੇ, ਡੈਲੀ ਦਲਜੀਤ ਜੀ ਹੈਗੇ, ਅਤੇ ਇਹਨਾਂ ਦੀ ਕਾਫੀ ਮਤਲਬ ਕੰਟਰੀਬਿਊਸ਼ਨ ਰਹੀ ਹੈ। ਐਂਡ ਇਹ ਇੰਨੇ ਵੀ ਕੈਰੈਕਟਰਸ ਨਹੀਂ ਹੈ ਸਾਡੇ ਫਿਲਮ 'ਚ ਕਿ ਸਾਰੇ ਬਈ ਪਤਾ ਹੀ ਨਾ ਚੱਲੇ ਕਿ ਇੱਕ ਇੱਕ ਵੱਖ ਵੱਖ ਕੈਰੈਕਟਰ ਜਿਹੜਾ ਅਲੱਗ ਨਿਕਲ ਕੇ ਆਵੇ। ਸੋ ਸਾਡੀ ਇਹ ਸਟੋਰੀ ਰਿਕੁਆਇਰਮੈਂਟ ਇੰਨੇ ਕੈਰੈਕਟਰਸ ਦੀ ਸੀ ਜਿਹੜੇ ਆਪ 'ਚ ਬਹੁਤ ਹੀ ਸਟਰੋਂਗ ਰਹਿਣ ਕੈਰੈਕਟਰਸ, ਅਤੇ ਜਿਨ੍ਹਾਂ ਨੇ ਵੀ ਕੰਮ ਕੀਤਾ ਬਹੁਤ ਹੀ ਵਧੀਆ ਇਹਨਾਂ ਨੇ ਕੰਟਰੀਬਿਊਸ਼ਨ ਕੀਤੀ ਹੈ ਸਾਰਿਆਂ ਨੇ। ਅੱਛਾ, ਫਿਲਮ ਜਿੱਦਾਂ ਕਿ ਹੈਗਾ ਮਾਰ ਧਾੜ ਤਾਂ ਦਿਖ ਰਹੀ ਹੈ ਕਿ ਇੱਕ ਐਕਸ਼ਨ ਭਰਪੂਰ ਖਾਸ ਤੌਰ 'ਤੇ ਹੈਗੀ ਆ, ਹੋਰ ਕਿਹੜੇ ਕਿਹੜੇ ਰੰਗ ਹੈਗੇ ਨੇ? ਥ੍ਰਿਲਰ ਹੈਗਾ, ਡਰਾਮਾ ਹੈ? ਇਹ ਜੀ ਸਾਰੀ ਐਕਚੁਅਲੀ ਜੇ ਫਸਟ ਟਾਈਮ ਜਿਹੜਾ ਟ੍ਰੇਲਰ ਦੇਖਿਆ ਉਹ ਸਾਰੇ ਕਹਿੰਦੇ ਨਹੀਂ ਜੀ ਇਹ ਬਹੁਤ ਹੀ ਯੂ ਨੋ ਐਕਸ਼ਨ ਪੈਕਡ, ਬਿਲਕੁਲ ਇੱਕਦਮ ਸੀਰੀਅਸ ਫਿਲਮ ਟਾਈਪਸ ਹੈਗੀ। ਮੈਂ ਇਹ ਕਹਿਣਾ ਚਾਹਾਂਗੀ ਸਾਰੇ ਆਡੀਅੰਸ ਨੂੰ ਕਿ ਇਹ ਫਿਲਮ ਬਿਲਕੁਲ ਹੀ ਕੰਪਲੀਟ ਐਂਟਰਟੇਨਮੈਂਟ ਪੈਕੇਜ ਹੈ, ਸਾਡੇ ਲਾਈਟ ਮੂਮੈਂਟਸ ਨੇ, ਕਾਮੇਡੀ ਵੀ ਹੈ, ਗਾਣੇ ਵੀ ਹੈਗੇ, ਸਾਡੇ ਡਾਂਸ ਨੰਬਰਸ ਵੀ ਹੈਗੇ ਆ ਬਹੁਤ ਵਧੀਆ ਇਸ ਫਿਲਮ 'ਚ। ਹੁਣ ਸਾਡਾ ਇੱਕ ਗਾਣਾ ਔਨ ਏਅਰ ਜਾ ਰਿਹਾ, ਖੁਸ਼ਬੂ ਜਿਹੜੀ ਹੈਗਾ, ਉਹ ਤੋਂ ਬਾਅਦ ਬਾਕੀ ਵੀ ਸਾਰੇ ਗਾਣੇ ਹੈਗੇ। ਸੋ ਇਟਸ ਅ ਕੰਪਲੀਟ ਹਾਈ ਪਰਫੋਰਮੈਂਸ ਅਤੇ ਕੰਪਲੀਟ ਪੈਕੇਜ ਆਫ ਅ ਫਿਲਮ। ਇਹਦੇ 'ਚ ਬਹੁਤ ਹਾਈ ਡਰਾਮਾ ਪਰਫੋਰਮੈਂਸ ਸੀਕੁਐਂਸਿਸ ਵੀ ਨੇ ਜੀ ਜਿਹੜੀ ਅਸੀਂ ਆ ਕੀਤੀਆਂ ਨੇ, ਐਂਡ ਆਫਕੋਰਸ ਐਕਸ਼ਨ ਜਿਹੜਾ ਆ ਅਸੀਂ ਥੋੜ੍ਹਾ ਜਿਹਾ ਵੱਖਰਾ ਕਿਸਮ ਦਾ ਕੀਤਾ ਹੈ ਇਸ ਵਾਰ, ਥੋੜ੍ਹਾ ਜਿਹਾ ਹਾਰਡ ਹਿਟਿੰਗ, ਬਿਕੋਜ਼ ਇੱਕ ਸਰਟਨ ਸਟੇਟਮੈਂਟ ਐਂਡ ਰਿਕੁਆਇਰਮੈਂਟ ਸੀਗੀ ਸਟੋਰੀ ਦੀ, ਅਤੇ ਉਸ ਕਰਕੇ ਨਾਲੇ ਅਸੀਂ ਥੋੜ੍ਹਾ ਜਿਹਾ ਸਟਾਈਲਾਈਜ਼ ਵੀ ਕੀਤਾ ਉਹਨੂੰ। ਰਾਈਟ ਰਾਈਟ ਰਾਈਟ। ਅਮਨ, ਇੱਕ ਮੋਮੈਂਟ ਇੱਦਾਂ ਦੀ ਜਿਹੜੀ ਕਿ ਤੁਸੀਂ ਤਾ ਉਮਰ ਇਸ ਫਿਲਮ ਨਾਲ ਜੁੜੀ ਹੋਈ ਹੈ ਅਤੇ ਯਾਦ ਰੱਖਣੀ ਚਾਹੋਗੇ? ਹਾਂਜੀ, ਉਹੀ ਪਹਿਲਾਂ ਵੀ ਦੱਸ ਰਿਹਾ ਸੀ, ਉਹ ਜਿਹੜਾ ਜੀਪ ਵਾਲਾ ਸੀਨ ਸੀ, ਉਹਨਾਂ ਨੇ ਮੇਰੇ ਲੱਤ ਉੱਤੋਂ ਜੀਪ ਇੱਦਾਂ ਖੜਦੇ ਆ, ਇੱਦਾਂ ਮੈਂ ਬਹੁਤ ਜ਼ਿਆਦਾ ਇਮੋਸ਼ਨਲ ਹੋ ਗਿਆ ਸੀ। ਇਹ ਸਾਡਾ ਇੱਕ ਐਕਸ਼ਨ ਸੀਕੁਐਂਸ ਬੇਸਿਕਲੀ ਚੱਲ ਰਿਹਾ ਸੀਗਾ, ਜਿੱਥੇ ਇਹਨਾਂ ਨੂੰ ਸੱਟ ਲੱਗਣੀ ਹੁੰਦੀ ਹੈ, ਮੈਥੋਂ ਸੱਟ ਲੱਗਦੀ ਹੈ ਇਹਨਾਂ ਨੂੰ, ਬਟ ਆਈ ਥਿੰਕ ਉਹੀ ਮੈਂ ਜਿੱਦਾਂ ਪਹਿਲਾਂ ਕਿਹਾ ਸੀਗਾ ਕਿ ਇੱਕ ਜਦੋਂ ਕੈਰੈਕਟਰ ਜੁੜ ਜਾਂਦਾ ਹੈ, ਇੰਨਾ ਇਨਵੋਲਵ ਹੋ ਜਾਂਦਾ ਐਕਟਰ ਆਪਣੇ ਕੈਰੈਕਟਰ 'ਚ, ਉਹਨੂੰ ਸਮਟਾਈਮਸ ਬੜਾ ਔਖਾ ਲੱਗਦਾ ਸਮਝਣਾ ਕਿ ਇਹ ਮੇਰੇ ਨਾਲ ਰੀਅਲ 'ਚ ਨਹੀਂ ਹੋ ਰਿਹਾ, ਬਟ ਇਟ ਇਜ਼ ਅ ਰੀਅਲ, ਯੂ ਨੋ, ਫਿਲਮ ਦੀ ਜਿਹੜੀ ਰੀਲ ਬਣ ਰਹੀ ਹੈ ਉਹਦੇ ਲਈ ਹੋ ਰਿਹਾ। ਅਤੇ ਆਈ ਥਿੰਕ ਜਦੋਂ ਆਪਾਂ ਸਾਰਿਆਂ ਨੂੰ ਇੱਕ ਇਹ ਮੂਮੈਂਟ ਆਇਆ ਹੈ ਇਸ ਫਿਲਮ 'ਚ, ਇਹਨਾਂ ਨਾਲ ਆਇਆ, ਮੇਰੇ ਨਾਲ ਆਇਆ, ਜਿਹੜੇ ਮੇਰੇ ਪੇਰੈਂਟਸ ਪਲੇਅ ਕਰ ਰਹੇ ਸੀ ਮਜਨਾ, ਉਹਨਾਂ ਨਾਲ ਆਇਆ, ਅਤੇ ਉਹ ਇੱਕ ਹੁੰਦਾ ਹੈ ਕਿ ਉਹ ਦੋ ਤਿੰਨ ਮਿੰਟ ਦਾ ਹੀ ਉਸ ਮੂਮੈਂਟ ਹੁੰਦਾ ਕਿ ਜਦੋਂ ਇੱਕਦਮ ਬੰਨਾ
ਇਹ ਮੇਰੇ ਨਾਲ ਹੋ ਰਿਹਾ ਕਿ ਨਹੀਂ ਹੋ ਰਿਹਾ। ਅਤੇ ਜਦੋਂ ਕਹਿੰਦੇ ਨੇ ਜਿਹੜੇ ਰੋਂਗਟੇ ਖੜ੍ਹੇ ਹੋ ਜਾਂਦੇ, ਸਾਡੇ ਸਾਰਿਆਂ ਦੇ 2 ਮਿੰਟ ਰਹਿ ਗਏ ਕਿ ਨਹੀਂ ਇਹ ਰੀਅਲ ਨਹੀਂ ਹੈ, ਇਹਦੇ 'ਚੋਂ ਬਾਹਰ ਨਿਕਲੋ। ਅਤੇ ਇਹਨੂੰ ਵੀ ਫਿਰ ਬਿਠਾ ਕੇ ਕਿਹਾ ਕਿ ਨਹੀਂ ਬਈ ਇਹ ਯੂ ਨੋ ਲੈਟਸ ਗੈਟ ਬੈਕ ਨੋਰਮਲ ਹੋ ਜਾਓ, ਕਿ ਇਹ ਮਤਲਬ ਇਟ ਇਜ਼ ਅ ਪਾਰਟ ਆਫ ਦੀ ਦੀ ਦ ਫਿਲਮ ਐਂਡ ਦ ਸਟੋਰੀ। ਸੋ ਆਈ ਫੀਲ ਸਾਰਿਆਂ ਨੇ ਬਹੁਤ ਹੀ ਇੱਕ ਡੈਪਥ 'ਤੇ ਜਾ ਕੇ ਆਪਣੇ ਕੈਰੈਕਟਰਸ ਨੂੰ ਬਹੁਤ ਵਧੀਆ ਫੜਿਆ। ਸੋ ਫਿਲਮ ਮੈਂ ਇੱਦਾਂ ਨਹੀਂ ਹੈਗੀ ਡਰੇ ਨਹੀਂ ਜਾਣਾ ਹੈਗਾ, ਤੁਸੀਂ ਟ੍ਰੇਲਰ ਦੇਖ ਕੇ ਇਹ 'ਚ ਹਾਸਾ ਮਜ਼ਾਕ ਅਤੇ ਹੋਰ ਵੀ ਡਰਾਮਾ ਵੀ ਹੈਗਾ ਫਿਲਮ ਦੇ ਵਿੱਚ। ਫਿਲਮ ਦੇ ਵਿੱਚ ਮਿਊਜ਼ਿਕ ਦੀ ਗੱਲ ਵੀ ਇਹਨਾਂ ਨੇ ਕੀਤੀ ਹੈ, ਤਾਂ ਵਿਸਤਾਰ 'ਚ ਆਪਾਂ ਗੱਲ ਅਗਲੇ ਸੈਗਮੈਂਟ 'ਚ ਕਰਾਂਗੇ, ਅਤੇ ਹੋ ਸਕਦਾ ਕਿ ਸਾਨੂੰ ਗਾਣੇ ਸੁਣਨ ਨੂੰ ਵੀ ਮਿਲਣ ਔਨ ਸੈੱਟ। ਮਿਲਦੇ ਹਾਂ ਜੀ ਇੱਕ ਨਿੱਕੀ ਜਿਹੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਮਿੱਤਰੋ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪੀ ਟੀ ਸੀ ਸ਼ੋਅ ਕੇਸ ਦੇ ਵਿੱਚ, ਅਤੇ ਮੁਲਾਕਾਤ ਆਪਾਂ ਕਰ ਰਹੇ ਹਾਂ ਕੁਲਰਾਜ ਰੰਧਾਵਾ ਅਤੇ ਅਮਨ ਭਾਈ ਦੇ ਨਾਲ, ਅਮਨ ਸੁਤਾਰ, ਰਾਈਟ? ਅਤੇ ਇੱਕ ਨਵੀਂ ਤੁਹਾਡੀ, ਓਬਵੀਅਸਲੀ ਮੈਂ ਕਹਿਣਾ ਚਾਹੂੰਗਾ, ਨਵੀਂ ਇੱਕ ਸ਼ੁਰੂਆਤ ਹੋ ਰਹੀ ਹੈ ਤੁਹਾਡੀ ਇੱਕ ਇਸ ਤਰ੍ਹਾਂ ਦਾ ਕਰੈਕਟਰ ਪਲੇਅ ਕਰਨ ਦੇ ਨਾਲ ਨਾਲ, ਅਤੇ ਐਡੇ ਵੱਡੇ ਪ੍ਰੋਜੈਕਟ ਨਾਲ ਜੁੜਨਾ ਆਪਣੇ ਆਪ ਦੇ ਵਿੱਚ ਬੜੀ ਮਾਣ ਵਾਲੀ ਗੱਲ ਹੁੰਦੀ ਹੈ ਨੇ। ਸੋ ਮੂਮੈਂਟਸ ਦੀ ਗੱਲ ਆਪਾਂ ਕਰ ਰਹੇ ਸੀਗੇ, ਤੁਹਾਡੇ ਤੋਂ ਪੁੱਛਿਆ ਸੀ ਹੁਣ ਮੈਮ ਤੁਹਾਡੇ ਤੋਂ ਕੋਈ ਇੱਦਾਂ ਦੀ ਮੂਮੈਂਟ ਜਿਹੜੀ ਕਿ ਇਸ ਫਿਲਮ ਦੇ ਨਾਲ ਜੁੜੀ ਹੋਈ ਹੈ, ਹਾਲਾਂਕਿ ਬਹੁਤ ਸਾਰੀਆਂ ਆਉਣੀਆਂ ਬਿਕੋਜ਼ ਯੂ ਬੀਇੰਗ ਇਨ ਦਾ ਲੀਡ, ਅਤੇ ਬਟ ਇਹ ਕੋਈ ਇੱਦਾਂ ਦੀ ਫਨੀ ਮੂਮੈਂਟ ਕਹਿ ਸਕਦੇ ਹਾਂ ਜਾਂ ਬਹੁਤ ਸੀਰੀਅਸ ਮੂਮੈਂਟ ਹੋਵੇ ਜਿਹੜੀ ਕਿ ਇਸ ਫਿਲਮ ਦੇ ਨਾਲ ਜੁੜੀ ਹੈ? ਦੋਨੋਂ ਹੀ ਨੇ ਜੀ ਸਾਡੀ ਫਿਲਮ 'ਚ। ਸਾਡੀ ਫਿਲਮ ਥੋੜ੍ਹੀ ਜਿਹੀ ਐਕਸਟ੍ਰੀਮ ਹੈਗੇ, ਸਾਡੇ ਜਿਹੜੇ ਰੰਗ ਤੁਸੀਂ ਦੇਖੋਗੇ ਨਾ ਥੋੜ੍ਹੇ ਜਿਹੇ ਹਾਰਡ ਹਿਟਿੰਗ ਹੈ, ਕਿ ਜੋ ਜੇ ਅਸੀਂ ਲਾਈਟ ਮੂਮੈਂਟਸ ਬਹੁਤ ਸੋਹਣੇ ਰੱਖੇ ਹੈ, ਅਤੇ ਆਫਕੋਰਸ ਗਾਣੇ ਸਾਡੇ ਬਹੁਤ ਸੋਹਣੇ ਹੈ। ਮੈਂ ਕਹਿਣਾ ਵੀ ਚਾਹੂੰਗੀ ਕਿ ਸਾਡੇ ਇੱਕ ਬੜੇ ਸਪੈਸ਼ਲ ਜਿਹੇ ਗੈਸਟ ਨੇ ਜਿਹੜੇ ਸਾਡੀ ਇੱਕ ਫਿਲਮ 'ਚੋਂ ਉਹਨਾਂ ਨੇ ਕਿਰਦਾਰ ਨਿਭਾਇਆ, ਉਹ ਹੈ ਸ਼ੁਭ ਘੁੰਮਣ ਜੀ। ਸਾਰੇ ਜਾਣਦੇ ਨੇ ਉਹਨਾਂ ਨੂੰ, ਬਹੁਤ ਵਧੀਆ ਉਹਨਾਂ ਨੇ ਪੰਜਾਬ ਦਾ ਨਾਮ ਬੜਾ ਰੋਸ਼ਨ ਕੀਤਾ, ਉਹਨਾਂ ਨੇ ਬਹੁਤ ਵੱਡੇ ਡਾਂਸਰ ਨੇ ਉਹ। ਸੋ ਦੇ ਸ਼ੀ ਹੈਜ਼ ਡਾਂਸਰ ਵੀ ਨੇ, ਇੱਕ ਮਿਸਾਲ ਨੇ, ਮਤਲਬ ਹਿੰਮਤ ਦੀ ਮਿਸਾਲ ਜਿਹਨੂੰ। ਤੇ ਅਸੀਂ ਚਾਹੁੰਦੇ ਸੀਗੇ ਕਿ ਇਸ ਤਰ੍ਹਾਂ ਦੇ ਲੋਕ ਜੁੜਨ ਸਾਡੇ ਪ੍ਰੋਜੈਕਟ ਨਾਲ, ਬਿਕੋਜ਼ ਸਾਡੀ ਇੱਕ ਇੰਸਪੀਰੇਸ਼ਨਲ ਸਟੋਰੀ ਹੈ, ਅਤੇ ਉਹਨਾਂ ਤੋਂ ਵੱਧ ਮੈਨੂੰ ਨਹੀਂ ਜਾਪਦਾ ਹੋਰ ਕੋਈ ਇੰਨਾ ਟੈਲੈਂਟਡ ਹੋ ਸਕਦਾ ਹੈ ਇਨ ਟਰਮਸ ਆਫ ਉਹਨਾਂ ਦੇ ਫੀਲਡ 'ਚ, ਅਤੇ ਉਹ ਵੀ ਇੱਕ ਹਿੱਸਾ ਰਹੇ ਨੇ ਸਾਡੀ ਫਿਲਮ ਦੇ। ਬਾਕੀ ਸ਼ੁਭ ਦੀ ਤੁਸੀਂ ਗੱਲ ਕੀਤੀ ਹੈ, ਸਾਰੇ ਪੰਜਾਬੀ ਖਾਸ ਤੌਰ 'ਤੇ, ਵੈਸੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਲੋਕ ਜੁੜੇ ਹੋਏ ਨੇ, ਤਾਂ ਪੰਜਾਬੀ ਬਹੁਤ ਕਹਿੰਦੇ ਕਿ ਦਿਲੋਂ ਇਹਨਾਂ ਨਾਲ ਜੁੜੇ ਹੋਏ ਨੇ, ਦੁਆਵਾਂ ਉਹਨਾਂ ਲਈ ਆਉਂਦੀਆਂ ਨੇ, ਤਾਂ ਇਸ ਫਿਲਮ ਰਾਹੀਂ ਮੇਰੇ ਖਿਆਲ 'ਚ ਡੈਬਿਊ ਕਰਨ ਜਾ ਰਹੇ ਨੇ। ਕਰੈਕਟਰ ਕੀ ਹੈ ਉਹਨਾਂ ਦਾ, ਇਸ ਤੋਂ ਪਹਿਲਾਂ ਕਿ ਮੈਂ ਆਪਾਂ ਆਪਣੇ ਮੂਮੈਂਟ ਵਾਲੇ ਕੁਐਸਚਨ 'ਤੇ ਆਈਏ, ਉਹਨਾਂ ਦਾ ਕਰੈਕਟਰ ਕੀ ਹੈ ਸ਼ੁਭ ਦਾ? ਉਹ ਜੀ ਬੇਸਿਕਲੀ ਮੇਰੀ ਸਹੇਲੀ ਨੇ ਪਿੰਡ ਵਿੱਚ, ਅਸੀਂ ਮਤਲਬ ਕਈ ਵਾਰ ਮਿਲਦੇ ਹੈਗੇ ਹਾਂ ਅਤੇ ਸਾਡੀ ਬਾਤਚੀਤ ਹੁੰਦੀ ਹੈ। ਸੋ ਉਹਨਾਂ ਦਾ ਇੱਕ ਇੰਪੋਰਟੈਂਟ ਕੈਰੇਕਟਰ ਰੱਖਿਆ ਅਸੀਂ ਇਸ ਫਿਲਮ 'ਚ ਜੀ। ਅੱਛਾ, ਹੁਣ ਮੂਮੈਂਟਸ ਦੀ ਆਪਾਂ ਗੱਲ ਕਰ ਰਹੇ ਸੀ, ਮੂਮੈਂਟਸ ਇਹ ਹੁੰਦੀਆਂ ਕਈ ਵਾਰ ਕੀ ਕਹਿੰਦੇ ਆਫ ਕੈਮਰਾ ਵੀ ਹੁੰਦੀਆਂ ਨੇ ਸੈੱਟਸ ਦੇ ਦੌਰਾਨ, ਕੋਈ ਇੱਦਾਂ ਦੀ ਪ੍ਰੈਂਕ ਖੇਡਿਆ ਜਾਂਦਾ ਜਾਂ ਕੋਈ ਫਨੀ ਮੂਮੈਂਟ ਹੁੰਦੀ ਹੈ, ਕੋਈ ਸੀਰੀਅਸ ਮੂਮੈਂਟ ਹੋ ਜਾਂਦੀ, ਤੂਫਾਨ ਆ ਜਾਂਦਾ ਸੈੱਟ ਲੱਗਿਆ ਉੱਧਰ ਹੁੰਦੀ, ਕੋਈ ਇੱਦਾਂ ਦੀ ਮੂਮੈਂਟ ਜਿਹੜੀ ਕਿ ਯਾਦ ਰਹਿਣੀ ਹਮੇਸ਼ਾ? ਤੂਫਾਨ ਆਏ ਸਾਡੀ ਫਿਲਮ 'ਚ, ਬਟ ਇਹੋ ਜਿਹੇ ਮੂਮੈਂਟਸ ਬੜੇ ਹੁੰਦੇ ਆ, ਬਿਕੋਜ਼ ਸਾਡੇ ਕਈ ਵਾਰ ਅਸੀਂ ਕ੍ਰਿਕਟ ਖੇਡਦੇ ਹੁੰਦੇ ਸੀਗੇ, ਅਤੇ ਬਸ ਕ੍ਰਿਕਟ 'ਚ ਫਿਰ ਜਿਹੜਾ ਰੁਝਾਵ ਲੱਗ ਜਾਣਾ, ਕ੍ਰਿਕਟ ਹੀ ਖੇਡਦੇ ਰਹਿਣਾ ਸਾਰਿਆਂ ਨੇ, ਅਤੇ ਫਿਰ ਉਹ ਪ੍ਰੋਡਿਊਸਰ ਵਿਚਾਰੇ ਪਸੀਨੋ ਪਸੀਨੀ ਹੋ ਜਾਂਦੇ ਸੀ, ਹੁਣ ਬਸ ਕਰੋ ਕਿ ਫਿਲਮ ਵੀ ਕੰਪਲੀਟ ਕਰਨੀ ਹੈ। ਅਤੇ ਲੋਟ ਆਫ ਗੁੱਡ ਮੂਮੈਂਟਸ, ਲਾਈਟ ਮੂਮੈਂਟਸ ਵੀ ਹੈਡ। ਅਤੇ ਜੇ ਸੀਰੀਅਸ ਮੂਮੈਂਟਸ ਦੀ ਗੱਲ ਕਰੀਏ, ਸੋ ਹਾਂਜੀ ਸਾਡੇ ਕਈ ਇੰਟੈਂਸ ਮੂਮੈਂਟ ਜਿੱਦਾਂ ਇਹਨਾਂ ਨੇ ਦੱਸਿਆ ਸੀਗਾ, ਸੋ ਕਾਫੀ ਕਾਫੀ ਸਾਡੇ ਟਾਈਮ ਹੁੰਦੇ ਸੀਗੇ ਕਿ ਬਿਲਕੁਲ ਹੀ ਇੱਕਦਮ ਜਿਹੜਾ ਕਹਿੰਦੇ ਕਿ ਜਦੋਂ ਤੁਸੀਂ ਜੁੜ ਜਾਓ ਕੋਈ ਸੀਰੀਅਸ ਮੂਮੈਂਟਸ ਆਉਂਦੇ ਹੈ, ਅਤੇ ਉਦੋਂ ਫਿਰ ਸਾਰੇ ਇਨਵੋਲਵਡ ਇੰਨੇ ਹੁੰਦੇ ਸੀਗੇ, ਜਿਹੜੇ ਕਰ ਰਹੇ ਐਕਟਿੰਗ ਉਹ ਤਾਂ ਹੁੰਦੇ ਹੀ ਸੀਗੇ, ਅਤੇ ਜਿਹੜੇ ਲੋਕ ਵੇਖਣ ਵਾਲੇ ਆ ਸਾਡੀ ਯੂਨਿਟ ਦੇ ਹੁੰਦੇ ਸੀ, ਉਹ ਵੀ ਫਿਰ ਇੱਕਦਮ ਇੰਨੇ ਇਨਵੋਲਵ ਹੋ ਜਾਂਦੇ ਸੀਗੇ ਕਿ ਉਹ ਕਈ ਵਾਰ ਕਹਿੰਦੇ ਰਹੋ ਬਈ ਕੱਟ ਕਰ ਦਿਉ ਹੁਣ, ਬਸ ਹੁਣ ਯੂ ਨੋ ਹੋ ਗਿਆ ਇੰਨਾ। ਅਤੇ ਕਾਫੀ ਇੱਦਾਂ ਜੇ ਮੂਮੈਂਟਸ ਆਏ ਸੀਗੇ, ਬਟ ਆਫਕੋਰਸ ਜਦੋਂ ਐਕਸ਼ਨ ਉਕਸ਼ਨ ਸਾਡਾ ਸੀਗਾ, ਉਦੋਂ ਕਈ ਵਾਰੀ ਸਾਡੇ ਮੀਂਹ ਆ ਗਿਆ, ਅਸੀਂ ਐਕਸ਼ਨ ਕਰਨਾ ਸੀਗਾ, ਕਦੀ ਪਾਣੀ ਬਹੁਤ ਸੀਗਾ, ਕਦੀ ਸਾਡੇ ਅਸੀਂ ਸਲਿੱਪ ਕਰ ਗਏ, ਕਦੀ ਇੱਦਾਂ ਕਾਫੀ ਕੁਛ ਹੁੰਦਾ ਰਿਹਾ, ਕਾਫੀ ਇੰਟਰਸਟਿੰਗ ਰਹੀ ਸਾਡੀ ਸ਼ੂਟਿੰਗ। ਅੱਛਾ, ਹੁਣ ਮਿਊਜ਼ਿਕ ਦੀ ਆਪਾਂ ਗੱਲ ਕਰੀਏ, ਮਿਊਜ਼ਿਕ ਇੱਕ ਬੈਕਬੋਨ ਯੂ ਨੋ ਖਾਸ ਤੌਰ 'ਤੇ ਪੰਜਾਬੀ ਦਾ ਬਹੁਤ ਸ਼ਿੱਦਤ ਨਾਲ ਦਿਲੋਂ ਜੁੜੇ ਹੁੰਦੇ ਨੇ ਮਿਊਜ਼ਿਕ ਦੇ ਨਾਲ, ਅਤੇ ਤੁਸੀਂ ਤੁਹਾਡੀ ਸ਼ੁਰੂਆਤ ਮਿਊਜ਼ਿਕ ਵੀਡੀਓਜ਼ ਤੋਂ ਹੋਈ ਹੈ, ਸੋ ਮਿਊਜ਼ਿਕ ਬਾਰੇ ਸਾਨੂੰ ਦੱਸੋ ਕਿਹਨਾਂ ਨੇ ਮਿਊਜ਼ਿਕ ਕੀਤਾ ਜੀ ਫਿਲਮ ਦਾ, ਅਤੇ ਗਾਣਾ ਤੁਹਾਡਾ ਫੇਵਰੇਟ ਕਿਹੜਾ ਫਿਲਮ ਦੇ ਵਿੱਚ? ਗਾਣੇ ਤਾਂ ਜੀ ਸਾਰੇ ਹੀ ਵਧੀਆ, ਬਟ ਮੈਨੂੰ ਪ੍ਰੀਥਰ ਪਾਲਵਾ ਜੀ ਦਾ ਗਾਣਾ ਉਹ ਬਹੁਤ ਵਧੀਆ ਲੱਗਦਾ। ਥੋੜ੍ਹਾ ਗੁਣਗੁਣਾ ਦਿਓ ਮਾੜਾ ਮੋਟਾ ਮਾਹੌਲ ਜਿਹਾ, ਜੀ ਕਿਹੜੇ ਚੱਕਰਾਂ 'ਚ ਪਾ ਰਹੇ ਹੋ? ਚਲੋ ਸੁਣਾ, ਮੈਂ ਥੋੜ੍ਹਾ ਜਿੰਨਾ ਕੁ ਯਾਦ ਆ ਉਨਾ ਕੁ ਸੁਣਾ। ਨੈਣਾ ਵਿੱਚੋਂ ਡੁੱਲੇ ਵਿਸਕੀ, ਉਹ ਨੈਣਾ ਵਿੱਚੋਂ ਡੁੱਲੇ ਵਿਸਕੀ, ਬਸ ਭਾਈ ਡੁੱਲ ਗਈ ਹੁਣ ਤਾਂ ਡੁੱਲੇ ਵਿਸਕੀ, ਅਤੇ ਬਾਕੀ ਹੁਣ ਤੁਸੀਂ ਪਾ ਲਿਓ ਜੀ, ਠੀਕ ਹੈ ਜੀ। ਇੰਟਰਵਿਊ ਆ ਦੇਖ ਕੇ ਜਿਹੜਾ ਸਕਰੀਨ 'ਤੇ ਗਾਣਾ ਪੂਰਾ ਵੱਜਣਾ। ਤੁਹਾਡਾ ਫੇਵਰੇਟ ਟਰੈਕ ਕਿਹੜਾ ਜੀ ਫਿਲਮ ਦੇ ਵਿੱਚ? ਜੀ ਦੋ ਸਾਡੇ ਦੋ ਗਾਣੇ ਨੇ, ਇੱਕ ਸੋਨੂ ਕੱਕੜ ਜੀ ਨੇ ਗਾਇਆ ਹੈਗਾ, ਕਿ ਨੇਹਾ ਕੱਕੜ ਜੀ ਨੇ ਗਾਇਆ ਹੈਗਾ, ਐਂਡ ਬੜੇ ਵਧੀਆ ਰਹੇ ਨੇ। ਅਤੇ ਇੱਕ ਜਿਹੜਾ ਹੁਣ ਖੁਸ਼ਬੂ ਜਿਹੜਾ ਚੱਲ ਰਿਹਾ ਹੈਗਾ, ਉਹ ਵਨ ਆਫ ਮਾਈ ਫੇਵਰੇਟ ਸੌਂਗਸ ਇਨ ਦਾ ਫਿਲਮ।
ਤੇ ਮੈਨੂੰ ਗਾਣ ਨੂੰ ਨਾ ਕਿਉਂ ਪਹਿਲੇ ਰੋਕ ਤਾ ਮੈਨੂੰ ਕਹਤਾ ਦੇਖ ਲੋ ਸੋ ਤੁਸੀਂ ਗੁਣਗਣਾ ਲਓ ਗਾਣਾ ਨਾ ਗੁਣਗਣਾ ਲਓ ਬਾਕੀ ਆਪਾਂ ਚਲਾ ਦਾਂਗੇ ਓਕੇ ਤੁਰੂ ਤੁਰੂ ਤੁ 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 ਤਰ ਤਰ ਤਾ 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 ਵਾਹ ਜੀ ਵਾਹ ਕਿਆ ਹੁਣ ਤੁਸੀਂ ਪੂਰਾ ਗਾਣਾ ਮਤਲਬ ਯੂਟਿਊਬ 'ਤੇ ਜਾ ਕੇ ਜਾਂ ਫਿਰ ਸਕਰੀਨ 'ਤੇ ਤੁਹਾਡੇ ਨਜ਼ਰ ਆਊਗਾ ਉੱਥੇ ਇੰਜੋਏ ਕਰੋ ਅਤੇ ਫਿਲਮ ਮੈਂ ਫਿਰ ਤੋਂ ਯਾਦ ਕਰਾ ਦਾਂ 22 ਜੁਲਾਈ ਨੂੰ ਨਿਧੀ ਸਿੰਘ ਰਿਲੀਜ਼ ਹੋ ਰਹੀ ਹੈ ਅਤੇ ਸਾਰਿਆਂ ਨੇ ਦੇਖਣੀ ਹੈ ਜੀ ਹੁੰਮ ਹੁੰਮਾ ਕੇ ਪਹੁੰਚਣਾ ਸਾਰੇ ਜਣਿਆਂ ਨੇ ਭਾਗੋ ਮਾਜਰੇ ਵਾਲਿਓ ਟਰਾਲੀਆਂ ਭਰ ਭਰ ਕੇ ਪਹੁੰਚਣਾ ਤੁਸੀਂ ਆਪਣੀ ਟਰਾਲੀਆਂ ਖਾਸ ਤੌਰ 'ਤੇ ਲੈ ਕੇ ਆਉਣੀ ਉੱਥੋਂ ਦੀ ਡਾਇਰੈਕਟਰ ਜੈ ਵੀ ਭਾਜ ਦੀ ਆਪਾਂ ਗੱਲ ਕੀਤੀ ਕਿ ਉਹਨਾਂ ਵੀ ਕਾਫੀ ਚਿਰ ਤੋਂ ਜੁੜੇ ਹੋਏ ਸੀਗੇ ਇਸ ਪ੍ਰੋਜੈਕਟ ਦੇ ਨਾਲ ਅਤੇ ਜਿੱਥੇ ਤੱਕ ਮੈਨੂੰ ਲੱਗਿਆ ਭਾਗੋ ਮਾਜਰੇ ਉੱਥੇ ਮੇਰੇ ਵੀ ਇੱਕ ਦੋ ਫਰੈਂਡਸ ਰਹਿੰਦੇ ਨੇ ਉਹ ਕਾਫੀ ਚਿਰ ਦੱਸਦੇ ਕਹਿੰਦੇ ਫਿਲਮ ਸ਼ੂਟ ਹੋ ਗਈ ਸੀਗੀ ਅਤੇ ਰਿਲੀਜ਼ ਹੁੰਦੇ ਹੁੰਦੇ ਕਿ ਟਾਈਮ ਹੁਣ ਜਿਹੜਾ ਹੈਗਾ ਫਾਈਨਲਾਈਜ਼ ਹੋਇਆ ਬੇਸਿਕਲੀ ਜੀ ਕੀ ਸੀਗਾ ਕਿ ਅਸੀਂ ਇੱਕ ਸੀਜ਼ਨ ਟਾਰਗੇਟ ਕੀਤਾ ਸੀਗਾ ਜਦੋਂ ਇਹ ਫਿਲਮ ਸ਼ੂਟ ਹੋਣੀ ਸੀਗੀ ਅਤੇ ਸਾਡੇ ਕੁਝ ਸ਼ਾਰਟਸ ਉਦੋਂ ਹੋ ਗਏ ਸੀਗੇ ਪਲੱਸ ਮੈਂ ਫਿਰ ਥੋੜ੍ਹਾ ਜਿਹਾ ਬਿਲਕੁਲ ਸੱਟਾ ਸੁੱਟਾ ਲੱਗ ਗਿਆ ਸੀ ਅਤੇ ਉਹਦੇ ਕਰਕੇ ਥੋੜ੍ਹਾ ਜਿਹਾ ਸਾਨੂੰ ਡਿਲੇ ਕਰਨਾ ਪਿਆ ਸੀਗਾ ਅਤੇ ਫਿਰ ਜਦੋਂ ਉਹ ਸੀਜ਼ਨ ਆਇਆ ਤਾਂ ਵੀ ਹੈਡ ਟੂ ਟੇਕ ਦੈਟ ਲੈਗ ਟਾਈਮ ਅਤੇ ਉਹਦੇ ਕਰਕੇ ਵੀ ਥੋੜ੍ਹਾ ਜਿਹਾ ਡਿਲੇ ਹੋ ਗਿਆ ਬਟ ਉਹ ਕਹਿੰਦੇ ਆ ਕਿ ਦੇਰ ਆਏ ਦਰੁਸਤ ਹੈ ਬਿਲਕੁਲ ਇੱਕ ਸਹੀ ਟਾਈਮ ਪਰਮਾਤਮਾ ਨੇ ਆਪੇ ਮਿੱਥਿਆ ਹੁੰਦਾ ਜਦੋਂ ਰਿਲੀਜ਼ ਹੋਣੀ ਹੁੰਦੀ ਹੈ ਫਿਲਮ ਕਿੰਨੇ ਕੁ ਦਿਨਾਂ ਵਿੱਚ ਆਲ ਇਨ ਆਲ ਇਹ ਕੰਪਲੀਟ ਹੋਈ ਹੈ ਫਿਲਮ ਜੀ ਅਪਰੋਕਸੀਮੇਟਲੀ ਅਬਾਊਟ 45 ਡੇਜ਼ ਲੱਗੇ ਸੀ ਸਾਨੂੰ ਇਹ ਕੰਪਲੀਟ ਕਰਨ ਦੇ ਬਿਕੋਜ਼ ਥੋੜ੍ਹਾ ਜਿਹਾ ਇਹਦਾ ਐਕਸ਼ਨ ਬੜਾ ਇਲੈਬੋਰੇਟ ਸੀਗਾ ਅਤੇ ਤਾਂ ਕਰਕੇ ਸਾਨੂੰ ਥੋੜ੍ਹਾ ਜਿਹਾ ਵਕਤ ਲੱਗਿਆ ਤੁਸੀਂ ਵੀ ਐਕਸ਼ਨ ਕੀਤਾ ਜਾਂ ਐਕਸ਼ਨ ਸਿਹਾ ਹੀ ਆ ਐਕਸ਼ਨ ਕੀਤਾ ਵੀ ਹੈ ਜੀ ਐਕਸ਼ਨ ਸਿਹਾ ਵੀ ਹੈ ਜੀ ਦੋਨੋਂ ਚੀਜ਼ਾਂ ਪਹਿਲਾਂ ਕੀਤਾ ਫਿਰ ਸਿਹਾ ਜੋ ਬੀਜੋਗੇ ਜੀ ਕੋਈ ਮਿਲੂਗਾ ਨਹੀਂ ਬਿਲਕੁਲ ਬਿਲਕੁਲ ਕਿਉਂਕਿ ਐਕਸ਼ਨ ਕਰਨਾ ਕਹਿੰਦੇ ਨੇ ਵੀ ਉੱਦਾਂ ਦੇਖਣ ਨੂੰ ਸੌਖਾ ਲੱਗਦਾ ਹੁੰਦਾ ਪਰ ਜੋ ਟੈਕਨੀਕਲੀ ਤੁਸੀਂ ਦੂਜੇ ਨੂੰ ਬਚਾਉਣਾ ਵੀ ਹੈ ਅਤੇ ਉਹ ਤੁਸੀਂ ਸ਼ੋਅ ਵੀ ਕਰਨਾ ਕਿ ਨਹੀਂ ਉਦੋਂ ਉੱਪਰੋਂ ਭਾਰ ਪੈ ਰਿਹਾ ਸਾਰਾ ਬਿਲਕੁਲ ਅੱਜ ਫਿਲਮ ਦੇ ਵਿੱਚ ਕਹਿੰਦੇ ਨੇ ਕਿ ਰੋਮੈਂਟਿਕ ਐਂਗਲ ਵੀ ਇੱਕ ਹੁੰਦਾ ਆਪਾਂ ਗੱਲ ਕਰ ਰਹੇ ਸੀ ਸਾਰੇ ਕੌਮੇਡੀ ਤੁਸੀਂ ਕਿਹਾ ਹੈਗਾ ਵੀ ਵਿੱਚ ਫਨ ਵੀ ਰੱਖਿਆ ਜਿੱਥੇ ਲੋੜ ਹੈਗੀ ਹੈ ਰੋਮੈਂਟਿਕ ਐਂਗਲ ਕੀ ਫਿਲਮ ਦੇ ਵਿੱਚ ਹੈਗਾ ਜਾਂ ਨਹੀਂ ਹੈਗਾ ਕਿਉਂਕਿ ਹੀਰੋ ਸਾਨੂੰ ਹਲੇ ਤੱਕ ਤਾਂ ਟ੍ਰੇਲਰ ਵਿੱਚ ਕਿਤੇ ਨਜ਼ਰ ਨਹੀਂ ਆਇਆ ਕੁਛ ਉਹ ਫਰੈਂਕਲੀ ਸਪੀਕਿੰਗ ਜਿਹੜੀ ਕਹਾਣੀ ਹੈ ਉਹ ਬੇਸਿਕਲੀ ਸਾਡਾ ਹੀਰੋ ਹੈ ਫਿਲਮ ਦਾ ਬਿਕੋਜ਼ ਰਿਕੁਆਇਰਮੈਂਟ ਸਟੋਰੀ ਦੀ ਜਦੋਂ ਤੁਸੀਂ ਵੇਖੋਗੇ ਕਹਾਣੀ ਤੁਹਾਨੂੰ ਲੱਗੂਗਾ ਨਹੀਂ ਕਿ ਮਤਲਬ ਵੀ ਡਿਡ ਨੋਟ ਰੀਲੀ ਰਿਕੁਆਇਰ ਕਿ ਉਹ ਸਟੇਜ 'ਤੇ ਪਹੁੰਚਣੇ ਵਾਲ ਹੁੰਦੇ ਆ ਕਿ ਉਹ ਯੂ ਨੋ ਵੀ ਡੋਂਟ ਰੀਚ ਟਿਲ ਦੈਟ ਐਕਸਟੈਂਡ ਕਿ ਉਹ ਅੱਗੇ ਕੀ ਹੁੰਦਾ ਸਟੋਰੀ 'ਚ ਅਤੇ ਫਿਰ ਸਾਡੀ ਮਤਲਬ ਸਕ੍ਰਿਪਟ ਦੀ ਰਿਕੁਆਇਰਮੈਂਟ ਨਹੀਂ ਸੀਗੀ ਫਰੈਂਕਲੀ ਮਤਲਬ ਅਸੀਂ ਤਾਂ ਚਾਹੁੰਦੇ ਸੀ ਕਿ ਬਈ ਆ ਜਾਣ ਕੋਈ ਹੀਰੋ ਬਟ ਫੋਰ ਅ ਫੈਕਟ ਸਟੋਰੀ ਵਾਜ਼ ਨੋਟ ਰਿਕੁਆਇਰਿੰਗ ਯੂ ਨੋ ਕਿ ਕੋਈ ਐਸਾ ਕੋਈ ਸਾਨੂੰ ਪੁਆਇੰਟ ਨਹੀਂ ਲੱਗਿਆ ਕਿ ਉੱਥੇ ਰੋਮੈਂਸ ਆਉਣਾ ਚਾਹੀਦਾ ਜਾਂ ਇਨ ਟਰਮਸ ਆਫ ਯੂ ਨੋ ਕੋਈ ਹੀਰੋ ਦੀ ਰਿਕੁਆਇਰਮੈਂਟ ਹੈ ਬਟ ਓਵਰਆਲ ਜਦੀ ਸਾਡੀ ਫਿਲਮ ਜਿਹੜੀ ਹੈ ਇੰਨੀ ਕ੍ਰਿਸਪ ਇੰਨੀ ਫਾਸਟ ਹੈ ਕਿ ਵਟ ਐਵਰ ਦਾ ਸਟੋਰੀ ਇਜ਼ ਡਿਮਾਂਡਿੰਗ ਉਹ ਅਸੀਂ ਬਿਲਕੁਲ ਉਹਨੂੰ ਆਈ ਹੋਪ ਜਸਟਿਸ ਕੀਤਾ ਹੈ ਅਤੇ ਹੁਣ ਆਡੀਅੰਸ ਦੱਸੂਗੀ ਸਾਨੂੰ ਵੇਖ ਕੇ ਕਿ ਕਿਸ ਤਰ੍ਹਾਂ ਦੀ ਉਹਨਾਂ ਨੂੰ ਲੱਗੀ ਹੈ ਫਿਲਮ ਅਸੀਂ ਸਾਰੇ ਚਾਹੁੰਦੇ ਹਾਂ ਕਿ ਇੱਕ ਵੱਖਰੀ ਚੀਜ਼ ਸਾਹਮਣੇ ਆ ਰਹੀ ਹੈ ਪਰੋਸੀ ਜਾ ਰਹੀ ਹੈ ਤਾਂ ਉਹਨੂੰ ਐਕਸੈਪਟੈਂਸ ਵੀ ਉਸੇ ਤਰ੍ਹਾਂ ਦੀ ਮਿਲੇ ਸੋ ਹੀਰੋ ਜਿੱਦਾਂ ਕਿ ਇਹਨੇ ਦੱਸਿਆ ਕਿ ਸਟੋਰੀ ਆਪਣੇ ਆਪ ਦੇ ਵਿੱਚ ਹੀਰੋ ਹੈਗੀ ਹੈ ਫਿਲਮ ਤੁਸੀਂ ਸਾਰਿਆਂ ਨੇ ਰਲ ਕੇ ਵੇਖਣੀ ਹੈਗੀ ਹੈ ਅਤੇ ਮੁਲਾਕਾਤ ਆਪਾਂ ਕੰਟੀਨਿਊ ਰੱਖਾਂਗੇ ਇੱਕ ਨਿੱਕੀ ਜਿਹੀ ਬ੍ਰੇਕ ਅਤੇ ਬ੍ਰੇਕ ਤੋਂ ਉਸ ਪਾਰ ਹੋਰ ਥੋੜ੍ਹੀਆਂ ਜਿਹੀਆਂ ਗੱਲਾਂ ਆਪਾਂ ਕਰਾਂਗੇ ਨਿਧੀ ਸਿੰਘ ਬਾਰੇ ਮਿਲਦੇ ਹਾਂ ਜੀ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੀ ਟੀ ਸੀ ਸ਼ੋਕੇਸ ਵਿੱਚ ਅਤੇ ਅੱਜ ਮੁਲਾਕਾਤ ਆਪਾਂ ਕਰ ਰਹੇ ਹਾਂ ਕੁਲਰਾਜ ਰੰਧਾਵਾ ਅਤੇ ਅਮਨ ਸੂਦਾਰ ਨਿਧੀ ਸਿੰਘ ਦੀ ਜਿਹੜੀ ਸਟਾਰਕਾਸਟ ਹੈ ਉਹਨਾਂ ਦੇ ਨਾਲ ਸੋ ਕੁਲਰਾਜ ਜੀ ਤੁਸੀਂ ਬੋਲੀਵੁੱਡ ਵਿੱਚ ਵੀ ਯੂ ਨੋ ਕੰਮ ਕੀਤਾ ਹੈਗਾ ਅਤੇ ਬਟ ਬੋਲੀਵੁੱਡ ਵਿੱਚ ਵੀ ਤੁਹਾਡਾ ਹੁਣ ਕਾਫੀ ਗੈਪ ਹੈ ਕਿ ਅੱਗੇ ਇਨ ਫਿਊਚਰ ਬੋਲੀਵੁੱਡ ਵਿੱਚ ਵੀ ਤੁਹਾਨੂੰ ਦੇਖਣਗੇ ਆਡੀਅੰਸ ਫੋਰ ਸ਼ੋਅ ਜੀ ਬਿਲਕੁਲ ਉਹ ਕਹਿੰਦੇ ਇੱਕ ਵਾਰ ਐਕਟਰ ਜਦੋਂ ਬਣ ਜਾਂਦੇ ਫਿਰ ਐਕਟਿੰਗ ਉਹ ਨਿਕਲਣੀ ਬੜੀ ਮੁਸ਼ਕਿਲ ਹੋ ਜਾਂਦੀ ਹੈ ਸੋ ਆਈ ਐਕਸਪੈਕਟ ਕਿ ਹੋਰ ਬੋਲੀਵੁੱਡ ਫਿਲਮਸ ਜਿਹੜੀਆਂ ਆਉਣ ਐਂਡ ਆਫਕੋਰਸ ਹੁਣ ਜਿਹੜੀਆਂ ਅਨਾਊਂਸ ਹੋਣ ਵਾਲੀਆਂ ਨੇ ਸੋ ਹੋਪਫੁਲੀ ਵੈਰੀ ਸੂਨ ਪੰਜਾਬੀ ਆਫਕੋਰਸ ਕਰਦੇ ਰਹਾਂਗੇ ਅਮਨ ਭਾਅ ਜੀ ਮਿਊਜ਼ਿਕ ਹਾਲਾਂਕਿ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਪਰ ਹੋਰ ਕਿਹਨਾਂ ਕਿਹਨਾਂ ਨੇ ਹੈਗਾ ਮਿਊਜ਼ਿਕ ਦੇ ਵਿੱਚ ਆਪਣਾ ਯੋਗਦਾਨ ਪਾਇਆ ਜਾਂ ਫਿਰ ਕਹਿੰਦੇ ਵੀ ਨਿੱਕੀ ਨਿੱਕੀ ਚੀਜ਼ਾਂ ਨੂੰ ਲੈ ਕੇ ਵੀ ਸਾਡੇ ਨਾਲ ਲਿੰਕਡ ਅਪ ਨੇ ਇਨਵੋਲਵ ਨੇ ਆਪਣੇ ਇਸ ਮਿਊਜ਼ਿਕ ਨੂੰ ਸਾਗਾ ਮਿਊਜ਼ਿਕ ਕਰ ਰਿਹਾ ਪਲੀਜ਼ ਅਤੇ ਕੰਪੋਜੀਸ਼ਨ ਬਹੁਤ ਵਧੀਆ ਚਾਹੀਦੀ ਗਾਣੇ ਦੀ ਨਾ ਕੰਪੋਜੀਸ਼ਨ ਸਾਰੀ ਵਧੀਆ ਉਹ ਆਈ ਥਿੰਕ ਉਹ ਜੀ ਗੁਰਨਜ਼ਰ ਨੇ ਇੱਕ ਬਹੁਤ ਹੀ ਅਪਕਮਿੰਗ ਬਹੁਤ ਹੀ ਟੈਲੈਂਟਡ ਆਰਟਿਸਟ ਕਾਫੀ ਜਾਣਦੇ ਵੀ ਹੋਣੇ ਆ ਉਹਨਾਂ ਨੇ ਕੰਪੋਜੀਸ਼ਨ ਕੀਤੀ ਹੈ ਬਹੁਤ ਹੀ ਇੰਟਰਸਟਿੰਗ ਕੰਪੋਜੀਸ਼ਨਸ ਹੈਗੀਆਂ ਨੇ ਐਂਡ ਡੀ ਜੇ ਚੀਕੇ ਉਹਨਾਂ ਦਾ ਰਾਈਟ ਹੈ ਹੁਣ ਸਾਰਿਆਂ ਦਾ ਮਿਊਜ਼ਿਕ ਅਤੇ ਇਨਵੋਲਵਮੈਂਟ ਮਿਊਜ਼ਿਕ ਦੇ ਰਾਹੀਂ ਕਹਿੰਦੇ ਗੀਤਾਂ ਦੇ ਰਾਹੀਂ ਕੰਪੋਜੀਸ਼ਨ ਦੇ ਰਾਹੀਂ ਨਜ਼ਰ ਆਏਗੀ ਅਤੇ ਫਿਊਚਰ ਦੇ ਵਿੱਚ ਇਹਨਾਂ ਨੂੰ ਪੁੱਛ ਸਕਿਆ ਆਪਾਂ ਤੁਹਾਡੇ ਹੋਰ ਕੀ ਪ੍ਰੋਜੈਕਟਸ ਆ ਰਹੇ ਨੇ ਪੰਜਾਬੀ ਫਿਲਮਾਂ ਜਾਂ ਹਿੰਦੀ ਫਿਲਮਾਂ ਲੈ ਕੇ ਫਿਲਹਾਲ ਤਾਂ ਇਹੀ ਹੈ ਕਿ ਮੂਵੀ ਤੋਂ ਬਾਅਦ ਫਿਊਚਰ ਬਣ ਜਾਵੇ ਇੱਕ ਆ ਰਹੀ ਹੈ ਮੂਵੀ ਇੱਕ
ਬਾਕੀ ਮੀਟਿੰਗਸ ਚੱਲਦੀਆਂ ਜੀ, ਹੋਪ ਸੋ ਦੇਖੋ ਕੀ। ਆਈ ਥਿੰਕ ਹੀ ਇਜ਼ ਵੈਰੀ ਵੈਰੀ ਟੈਲੈਂਟਡ ਅਤੇ ਜਦੋਂ ਜਿਸ ਤਰ੍ਹਾਂ ਦਾ ਕੰਮ ਇਹਨਾਂ ਨੇ ਇਸ ਫਿਲਮ 'ਚ ਕੀਤਾ ਹੈ, ਵੈਰੀ ਇੰਪੋਰਟੈਂਟ ਕਿ ਜਿਹੜਾ ਐਕਟਰ ਹੈ ਉਹਨੂੰ ਸੁਣਨਾ ਚਾਹੀਦਾ ਕਿ ਉਹਨੂੰ ਕੀ ਬਰੀਫ ਦਿੱਤੀ ਜਾਂਦੀ ਹੈ ਇੱਕ ਕੈਰੈਕਟਰ ਬਾਰੇ, ਅਤੇ ਇਹਨਾਂ ਨੇ ਆਈ ਥਿੰਕ ਉਹ ਬਹੁਤ ਹੀ ਵਧੀਆ ਸੁਰ ਫੜਿਆ ਉਸ ਕੈਰੈਕਟਰ ਦਾ, ਬਿਕੋਜ਼ ਸਰਟਨਲੀ ਇੰਨਾ ਕੀ ਦੱਸ ਸਕਦੇ ਹਾਂ ਅਸੀਂ ਕੈਰੈਕਟਰ ਬਾਰੇ ਜਦੋਂ ਬਰੀਫ ਮਿਲਦੀ ਹੈ, ਪਰ ਉਹਨੂੰ ਅੱਗੇ ਡਿਵੈਲਪ ਕਰਨਾ, ਉਹਨੂੰ ਐਗਜੈਕਟਲੀ ਉਤਾਰਨਾ ਉਹਨੂੰ ਸਕਰੀਨ 'ਤੇ, ਉਹ ਐਕਟਰ ਦੀ ਆਪਣੀ ਕੇਪੇਬਿਲਿਟੀ ਹੁੰਦੀ ਹੈ। ਅਤੇ ਇਹਨਾਂ ਨੇ ਆਈ ਥਿੰਕ ਬਹੁਤ ਹੀ ਵਧੀਆ ਕੰਮ ਕੀਤਾ। ਮੈਂ ਉਹਨਾਂ ਦਾ ਜਦੋਂ ਕੰਮ ਕੀਤਾ ਸੀ ਦੇਖਿਆ ਸੀ, ਅਤੇ ਆਈ ਹੋਪ ਦੈਟ ਆਡੀਅੰਸ ਵੀ ਇਹਨਾਂ ਨੂੰ ਇਨਕਰੇਜ ਕਰਨਗੇ ਹੁਣ। ਮੋਰਓਵਰ ਇੱਕ ਬੜੇ ਸੱਚੇ ਦਿਲੋਂ ਇਹਨਾਂ ਨੇ ਜਵਾਬ ਦਿੱਤਾ ਕਿ ਨਹੀਂ, ਨਹੀਂ ਉੱਥੇ ਬੈਠ ਕੇ ਹਰ ਕੋਈ ਕਹਿ ਦਿੰਦਾ ਉੱਧਰਲੇ ਪਾਸੇ ਕਿ ਯਾਰ ਹਾਂ ਹਾਂ ਆਹ ਚੀਜ਼ਾਂ ਆ ਰਹੀਆਂ ਨੇ ਮੇਰੀਆਂ ਤਿਆਰ, ਓਨੈਸਟ ਨੇ ਅਤੇ ਬਹੁਤ ਹੀ ਖੁਸ਼ ਮਿਜ਼ਾਜ ਦੇ ਹੈਗੇ ਹੈ, ਅਤੇ ਬਹੁਤ ਵਧੀਆ ਲੱਗਿਆ ਇਹਨਾਂ ਨੂੰ ਅਸੀਂ ਸੈੱਟ 'ਤੇ ਰੱਖ ਕੇ, ਅਤੇ ਬੋਲਦੇ ਘੱਟ ਨੇ, ਬਟ ਆਈ ਥਿੰਕ ਈਵਨ ਆਈ ਆਲਸੋ ਰਿਸਪੈਕਟ ਹਿਮ ਫੋਰ ਦਿਸ ਥਿੰਗ ਕਿ ਜਿਹੜੀ ਗੱਲ ਦਿਲ ਦੇ ਵਿੱਚ ਹੈਗੀ ਆ ਉਹ ਜ਼ਬਾਨ 'ਤੇ ਇਹਨਾਂ ਦੇ ਆ ਜਾਂਦੀ ਹੈਗੀ ਆ, ਰਾਈਟ। ਅਤੇ ਹੁਣ ਦਿਲ ਦੇ ਵਿੱਚ ਸਾਰੀ ਜਿਹੜੀ ਆਡੀਅੰਸ ਹੈ ਉਹਨਾਂ ਦੇ ਇੱਕੋ ਹੈ ਕਿ ਯਾਰ ਕੋਈ ਡਾਇਲੋਗ ਤਾਂ ਸੁਣਾ ਦਿਉ ਜੇ ਗਾਣਾ ਪੂਰਾ ਨਹੀਂ ਸੁਣਾਉਣਾ ਹੈਗਾ, ਇਹਨਾਂ ਦਾ ਪੁੱਛ ਲਓ ਇਹਨਾਂ ਨੇ ਡਾਇਲੋਗ ਫਿਰ। ਅੱਛਾ, ਡਾਇਲੋਗ ਤੁਹਾਡੇ ਦੋਨਾਂ ਦਾ ਇਕੱਠੇ ਹੋਵੇ ਕੋਈ, ਉਹ ਵੀ ਆਪਾਂ ਯੂ ਨੋ ਐਕਸ਼ਨ ਕਰ ਸਕਦੇ ਹਾਂ ਇੱਥੇ, ਕੋਈ ਐਡੀ ਗੱਲ ਨਹੀਂ। ਇਕੱਠੇ ਦਾ ਹੀ ਮੇਰੀਆਂ ਤਾਂ ਚੀਕਾਂ ਹੀ ਆ, ਪਰ ਇਹਨਾਂ ਦਾ ਇਹਨਾਂ ਦੇ ਵਾਹਵਾ ਚੰਗੇ ਡਾਇਲੋਗਸ ਹੈ, ਬਟ ਜਿੱਦਾਂ ਮੇਰਾ ਇੱਕ ਯਾਦ ਹੈ ਤੁਹਾਨੂੰ, ਮੇਰਾ ਇੱਕ ਡਾਇਲੋਗ ਹੈਗਾ ਜਿਹੜਾ ਸਾਡਾ ਟ੍ਰੇਲਰ 'ਚ ਵੀ ਨਿਕਲਿਆ ਸੀਗਾ ਕਿ ਲਾਸ਼ ਵੀ ਕਦੀ ਮੌਤ ਤੋਂ ਡਰੀ ਹੈ, ਬਿਕੋਜ਼ ਇਹ ਟ੍ਰੇਲਰ ਜਿਹੜਾ ਅਸੀਂ ਕੱਢਿਆ ਸੀਗਾ ਉਹ ਕਾਫੀ ਇੰਟੈਂਸ ਰੱਖਿਆ ਸੀਗਾ, ਅਤੇ ਇਹ ਇੱਕ ਲਾਈਨ 'ਚ ਹੀ ਬਹੁਤ ਵੱਡੀ ਜੀ ਇੱਕ ਗੱਲ ਹੁੰਦੀ ਹੈ ਕਿ ਲਾਸ਼ ਜਦੋਂ ਬੰਦਾ ਜਿਉਂਦੇ ਜੀ ਜਦੋਂ ਇੱਕ ਲਾਸ਼ ਵਾਂਗੂ ਇੱਕ ਸਟੇਜ ਆ ਜਾਂਦੀ ਹੈ ਲਾਈਫ 'ਚ ਤੁਹਾਡੇ ਕਿਸੇ ਵੀ ਇਨਸਾਨ ਦੇ, ਇੱਕ ਸਟੇਜ 'ਚ ਆ ਜਾਵੇ ਕਿ ਉਹਨੂੰ ਐਂ ਲੱਗੇ ਕਿ ਨਹੀਂ ਅੱਜ ਮੇਰੀ ਮਤਲਬ ਜ਼ਿੰਦਗੀ ਦਾ ਕੋਈ ਮਕਸਦ ਨਹੀਂ, ਕੋਈ ਉਹਦਾ ਮੁੱਲ ਨਹੀਂ, ਜਾਂ ਉਹਨੂੰ ਕਹਿੰਦੇ ਕਿ ਨਹੀਂ ਅੱਜ ਮੈਨੂੰ ਮੌਤ ਤੋਂ ਵੀ ਡਰ ਨਹੀਂ ਹੈਗਾ, ਅਤੇ ਉਹ ਇੱਕ ਸੱਟ ਨੇ ਕਿ ਲਾਸ਼ ਵੀ ਮਤਲਬ ਜਦੋਂ ਡਰ ਨਿਕਲ ਜਾਂਦਾ ਹੈ ਵਾਕਿਆ ਸਹੀ, ਉਹ ਫਿਰ ਬੰਦਾ ਕਹਿੰਦਾ ਕਿ ਡੂ ਔਰ ਡਾਈ ਸਿਚੁਏਸ਼ਨ ਹੋ ਜਾਂਦੀ। ਐਗਜੈਕਟਲੀ ਸਹੀ ਗੱਲ ਹੈ, ਕੁਝ ਡਾਇਲੋਗ ਹੋ ਜਾਏ ਜਿਹੜਾ ਕਿ ਸਾਡੇ ਇਸ ਐਪੀਸੋਡ ਦੇ ਲਈ ਇੱਕ ਪ੍ਰੋਮੋ ਟਾਈਪ ਵੀ ਬਣ ਜਾਏਗਾ ਕਿ ਨਹੀਂ, ਤੁਹਾਡਾ ਡਾਇਲੋਗ ਚੱਲ ਰਿਹਾ ਤਾਂ ਮੈਂ ਚਾਹੁੰਦਾ ਕਿ ਉਸੇ ਉਹਦੇ ਵਿੱਚ ਇੱਕ ਵਾਰ ਫਿਰ ਤੋਂ ਹੀ ਫੀਲ ਲੈ ਕੇ, ਜ਼ਿਆਦਾ ਸੀਰੀਅਸ ਨਹੀਂ ਆਪਾਂ ਜਾਵਾਂਗੇ, ਬਟ ਯੈਸ। ਵਕਤ ਪਏ ਤੋਂ ਗੂੰਗੀਆਂ ਚੀਕਾਂ ਵੀ ਆਵਾਜ਼ ਬਣਦੀਆਂ ਨੇ, ਜ਼ੁਲਮ ਦੀ ਜਦ ਅੱਤ ਹੁੰਦੀ ਤਾਂ ਚਿੜੀਆਂ ਬਾਜ਼ ਬਣਦੀਆਂ ਨੇ। ਵਾਹ ਜੀ ਵਾਹ, ਕੀ ਬਾਤ ਹੈ। ਇਹ ਡਾਇਲੋਗ ਆਪਣੇ ਆਪ ਵਿੱਚ ਬਹੁਤ ਕੁਝ ਕਹਿ ਜਾਂਦਾ ਕਿ ਨਹੀਂ, ਬਹੁਤ ਕੁਝ ਕਹਿੰਦਾ ਹੈ, ਅਤੇ ਇਹ ਅਸੀਂ ਜਿਹੜਾ ਪ੍ਰੋਮੋ 'ਚ ਜਿਹੜਾ ਟ੍ਰੇਲਰ ਤੁਸੀਂ ਦੇਖ ਰਹੇ ਹੋ ਉਹਦੇ 'ਚ ਮਾਨ ਸਾਹਿਬ ਦੀ ਆਵਾਜ਼ 'ਚ ਇਹ ਲਾਇਆ ਗਿਆ ਹੈ ਟ੍ਰੇਲਰ, ਅਤੇ ਇਹ ਸਾਡੀ ਫਿਲਮ ਨੂੰ ਇੱਕ ਬਹੁਤ ਹੀ ਵਧੀਆ ਤਰੀਕੇ ਨਾਲ ਇੱਕ ਐਕਸਪ੍ਰੈਸ਼ਨ ਹੈ ਸਾਡੀ ਫਿਲਮ ਦਾ, ਅਤੇ ਜਿਹਨੂੰ ਕਹਿੰਦੇ ਆ ਕਿ ਸਮ ਅਪ ਕੀਤਾ ਜਾਂ ਦੋ ਪੰਕਤੀਆਂ 'ਚ ਸਾਡੀ ਫਿਲਮ ਨੂੰ, ਅਤੇ ਸਾਡੀ ਫਿਲਮ ਵੀ ਜਿਸ ਤਰ੍ਹਾਂ ਇਹਨਾਂ ਨੇ ਇਹ ਦੋ ਪੰਕਤੀਆਂ ਕਹਿੰਦੀਆਂ ਨੇ, ਇੱਕ ਜਦੋਂ ਅੱਤ ਹੋ ਜਾਂਦੀ ਹੈ ਕਿਸੇ ਵੀ ਚੀਜ਼ ਦੀ, ਇੱਕ ਔਰਤ ਦੀ ਜ਼ਿੰਦਗੀ 'ਚ ਸਪੈਸ਼ਲੀ ਸਾਡੀ ਸਟੋਰੀ ਜਿਹੜੀ ਹੈਗੀ ਹੈ, ਇੱਕ ਔਰਤ ਦੀ ਜ਼ਿੰਦਗੀ ਜਦੋਂ ਇੱਕ ਇੱਕ ਐਸੀ ਸਟੇਜ ਮੁਕਾਮ ਆ ਜਾਂਦਾ ਹੈ ਕਿ ਜਿੱਥੇ ਉਹ ਕਹਿੰਦੀ ਹੈ ਕਿ ਲੋਕ ਉਹਨੂੰ ਕਹਿੰਦੇ ਕਿ ਹੁਣ ਇਹ ਤੋਂ ਬਾਅਦ ਇਹ ਕੁਛ ਨਹੀਂ ਕਰ ਸਕਦੀ, ਮਤਲਬ ਇਹ ਬਿਕੋਜ਼ ਇਹ ਔਰਤ ਹੈ ਫੋਰ ਅ ਫੈਕਟ ਕਿ ਜਾਂ ਉਹਦੇ ਤੋਂ ਕੁਛ ਨਹੀਂ ਹੋਣਾ, ਉਦੋਂ ਉਹਨੂੰ ਇੰਨੀ ਹਿੰਮਤ ਆਉਂਦੀ ਹੈ ਕਿ ਉਹ ਇੱਕ ਬੰਦਾ ਕੀ ਫਿਰ ਤਾਂ ਉਹ ਕਿੰਨਿਆਂ ਨੂੰ ਮਤਲਬ ਫੇਸ ਕਰ ਸਕਦੀ ਹੈ, ਸਟਰੋਂਗਲੀ ਫੇਸ ਕਰ ਸਕਦੀ ਹੈ ਇਨਫੈਕਟ। ਅਤੇ ਇਹ ਲਾਈਨਾਂ ਦੇ ਨਾਲ ਨਾਲ ਮੇਰੇ ਖਿਆਲ 'ਚ ਇਹ ਦੁਆਵਾਂ ਮਿਲੀਆਂ ਨੇ ਗੁਰਦਾਸ ਮਾਨ ਸਾਹਿਬ, ਬਾਬਾ ਗੁਰਦਾਸ ਉਹਨਾਂ ਨੂੰ ਕਹਿੰਦੇ ਨੇ, ਤਾਂ ਉਹਨਾਂ ਨੇ ਆਪਣੀ ਆਵਾਜ਼ ਦਿੱਤੀ ਹੈ, ਤਾਂ ਉਹ ਆਪਣੇ ਆਪ ਵਿੱਚ ਇੱਕ ਜਦੋਂ ਟੀਵੀ ਚੱਲਦਾ ਹੋਵੇ ਨਾ ਰੈਂਡਮਲੀ ਬੰਦਾ ਦੇਖਦਾ ਤਾਂ ਉਹ ਖਿੱਚ ਪੈਂਦੀ ਆ। ਬਿਲਕੁਲ ਜੀ, ਬਿਕੋਜ਼ ਉਹਨਾਂ ਦੀ ਤਾਂ ਰੀਸ ਹੀ ਹੈ ਨਹੀਂ ਹੋਰ ਉਹਨਾਂ ਦੇ ਵਰਗੀ, ਬਿਕੋਜ਼ ਉਹ ਤਾਂ ਲੈਜੈਂਡ ਨੇ, ਉਹਨਾਂ ਨੇ ਸਾਨੂੰ ਇਸ ਪ੍ਰੋਜੈਕਟ 'ਚ ਬਹੁਤ ਹੀ ਸਪੋਰਟ ਕੀਤਾ ਹੈ, ਅਤੇ ਮੈਂ ਉਹਨਾਂ ਦੀ ਅਤੇ ਉਹਨਾਂ ਦੀ ਫੈਮਿਲੀ ਲਈ ਬਹੁਤ ਥੈਂਕ ਯੂ ਕਹਿਣਾ ਚਾਹੂੰਗੀ, ਅਤੇ ਸਾਨੂੰ ਬੜਾ ਫਕਰ ਹੈ ਕਿ ਉਹ ਐਸੋਸੀਏਟਡ ਰਹੇ ਸਾਡੇ ਇਸ ਜਿਹੜੀ ਅਸੀਂ ਸਾਡੀ ਥੋੜ੍ਹੀ ਫਿਲਮ ਦੀ ਜਿਹੜੀ ਅਸੀਂ ਕਰ ਰਹੇ ਹੈਗੇ ਹਾਂ। ਸੋ ਉਹਨਾਂ ਉਹ ਜਿੱਥੇ ਆ ਜਾਂਦੇ ਨੇ ਤਾਂ ਫਿਰ ਬਾਕੀ ਬਾਕੀ ਉੱਥੇ ਦੁਆਵਾਂ ਦਾ ਕਹਿੰਦੇ ਬੇਸ਼ੁਮਾਰ ਦੁਆਵਾਂ ਤੁਹਾਡੇ ਤੱਕ ਪਹੁੰਚਦੀਆਂ ਨੇ, ਤਾਂ ਉਹ ਪਹੁੰਚਣਗੀਆਂ 22 ਜੁਲਾਈ ਨੂੰ ਸਿਨੇਮਾ 'ਚ ਪਹੁੰਚੇਗੀ ਫਿਲਮ, ਤਾਂ ਉਦੋਂ ਵੀ ਦੇਖਣੀ ਹੈਗੀ ਆ। ਅਤੇ ਹੋਰ ਜਿੱਦਾਂ ਪ੍ਰਮੋਸ਼ਨ ਦੀ ਆਪਾਂ ਗੱਲ ਕਰੀਏ, ਤਾਂ ਪ੍ਰਮੋਸ਼ਨ ਜਿਹੜੀ ਹੈਗੀ ਆ ਤਾਂ ਕਿੱਦਾਂ ਤੁਸੀਂ ਪ੍ਰੋਸੀਡ ਕਰ ਰਹੇ ਹੋ, ਇੱਕ ਡਿਫਰੈਂਟ ਕੌਨਸੈਪਟ ਹੈ ਤਾਂ ਓਬਵੀਅਸਲੀ ਡਿਫਰੈਂਟ ਇੱਕ ਕੈਟੇਗਰੀ ਹੈ ਉਹ ਜਿਹੜੀ ਸੁੱਤੀ ਪਈ ਉਹਨੂੰ ਵੀ ਜਗਾਉਣਾ ਪੈਂਦਾ, ਹਾਂਜੀ ਤੁਸੀਂ ਪਹੁੰਚੋ ਫਿਲਮਾਂ ਦੇਖਣ। ਜੀ ਬਿਲਕੁਲ, ਬਿਕੋਜ਼ ਇਹ ਐਜ਼ ਮੈਂ ਕਿਹਾ ਕਿ ਇੱਕ ਇੰਸਪੀਰੇਸ਼ਨਲ ਸਟੋਰੀ ਹੈ, ਇਹ ਡਿਪਰੈਸ਼ਨ ਨਹੀਂ ਹੈ ਜਾਂ ਇਹ ਕ੍ਰਿਮੀਨਲ ਕੋਈ ਸਟੋਰੀ ਨਹੀਂ ਅਸੀਂ ਦਿਖਾ ਰਹੇ, ਜਾਂ ਅਸੀਂ ਕੋਈ ਐਸੀ ਚੀਜ਼ ਨਹੀਂ ਦਿਖਾ ਰਹੇ ਕਿ ਕੋਈ ਫੈਮਿਲੀ ਨਾ ਦੇਖ ਸਕੇ, ਸਾਡੀ ਕੋਈ ਅਸੀਂ ਲੈਂਗੁਏਜ ਇਹੋ ਜਿਹੀ ਯੂਜ਼ ਨਹੀਂ ਕੀਤੀ ਹੈ ਫਿਲਮ 'ਚ ਕਿ ਬਹੁਤ ਹੀ ਅਸੀਂ ਕਹੀਏ ਕਿ ਨਹੀਂ ਕੋਈ ਬਜ਼ੁਰਗ ਜਾਂ ਫੈਮਿਲੀ ਨਾਲ ਬਹਿ ਕੇ ਅਸੀਂ ਨਹੀਂ ਦੇ ਸਕਦੇ, ਕੰਪਲੀਟ ਫੈਮਿਲੀ ਫਿਲਮ ਹੈ ਜੀ। ਦੂਜੀ ਗੱਲ ਇਹ ਕਿ ਅਸੀਂ ਜਦੋਂ ਪ੍ਰਮੋਸ਼ਨ ਹੁਣ ਕਰ ਰਹੇ ਹਾਂ ਸ਼ਹਿਰੋ ਸ਼ਹਿਰ ਜਾ ਰਹੇ ਹਾਂ, ਅਤੇ ਅਸੀਂ ਅਪੀਲ ਕਰ ਰਹੇ ਹਾਂ ਸਿਰਫ ਔਰਤ ਜ਼ਾਤ ਨੂੰ ਨਹੀਂ ਇਹ ਦੇਖਣੀ ਫਿਲਮ, ਇਹ ਸਾਰੀ ਕੰਪਲੀਟ ਫੈਮਿਲੀ ਨੂੰ ਜਾ ਕੇ ਫਿਲਮ ਦੇਖਣੀ ਚਾਹੀਦੀ ਹੈ।
ਤੇ ਇਸ ਦੇ ਨਾਲ ਅਸੀਂ ਸੋਚਿਆ, ਸਾਡੇ ਪ੍ਰੋਡਿਊਸਰ ਸਾਹਿਬ ਨੇ ਸੋਚਿਆ ਕਿ ਅਸੀਂ ਪ੍ਰੋਮੋਸ਼ਨ ਕਰ ਰਹੇ ਹਾਂ ਅਤੇ ਅਸੀਂ ਡਿਫਰੈਂਟ ਕੀ ਕਰ ਸਕਦੇ ਹਾਂ, ਇਹ ਸੋਸ਼ਲ ਮੈਸੇਜ ਜਿਹੜਾ ਆ ਅਸੀਂ ਸੋਸਾਇਟੀ ਨੂੰ ਕਿੱਦਾਂ ਇੱਕ ਛੋਟਾ ਜਿਹਾ ਕੰਟਰੀਬਿਊਸ਼ਨ ਦੇ ਸਕਦੇ ਹਾਂ। ਅਤੇ ਅਸੀਂ ਵੱਖਰੇ ਸ਼ਹਿਰਾਂ 'ਚ ਜਿੱਦਾਂ ਚੰਡੀਗੜ੍ਹ ਸ਼ਹਿਰ ਹੋਇਆ, ਜਲੰਧਰ ਸ਼ਹਿਰ ਹੋਇਆ, ਲੁਧਿਆਣੇ, ਅਸੀਂ ਹਰ ਜਗ੍ਹਾ ਇੱਕ ਐਨ ਜੀ ਓ ਨਾਲ, ਲੋਕਲ ਜਿਹੜੀ ਐਨ ਜੀ ਓ ਨੇ ਉਹਨਾਂ ਦੇ ਨਾਲ ਅਸੀਂ ਟਾਈਅਪ ਕਰਕੇ ਐਸੇ ਕੇਸਿਸ ਲੱਭੇ ਜਿਹੜੇ ਨਿਧੀ ਸਿੰਘ ਵਰਗੇ ਸਟੋਰੀਆਂ ਕੋਈ ਇਮਰਜ ਹੋਣ, ਕੋਈ ਵੀ ਐਸੀ ਔਰਤਾਂ, ਕੋਈ ਵੀ ਐਸੀ ਲੇਡੀਜ਼ ਜਿਹਨਾਂ ਦੇ ਨਾਲ ਕੁਛ ਐਸਾ ਹੋਇਆ ਹੋਵੇ, ਬਟ ਉਹਨਾਂ ਨੂੰ ਫਿਰ ਉਸ ਚੀਜ਼ ਨੂੰ ਓਵਰਕਮ ਕਰਕੇ ਕਿਸ ਤਰ੍ਹਾਂ ਉਹ ਦੁਬਾਰਾ ਖੜੀ ਹੋਈਆਂ ਨੇ ਲਾਈਫ 'ਚ, ਫੇਸ ਕੀਤਾ ਅਤੇ ਬਹੁਤ ਹੀ ਪ੍ਰਾਊਡ ਨੇ ਉਹ, ਫਖਰ ਹੈ ਉਹਨਾਂ ਨੂੰ ਆਪਣੀ ਜ਼ਿੰਦਗੀ 'ਚ, ਅਤੇ ਉਹਨਾਂ ਦੇ ਵਰਗੇ ਕੇਸਿਸ ਅਸੀਂ ਅੱਗੇ ਲਿਆਏ ਹਾਂ ਸੁਸਾਇਟੀ ਸਾਹਮਣੇ। ਅਤੇ ਮੈਂ ਅਪੀਲ ਕਰੂੰਗੀ ਕਿ ਉਹਨਾਂ ਨੂੰ ਸਪੋਰਟ ਕਰਨ, ਉਹਨਾਂ ਤੋਂ ਅਸੀਂ ਸਿੱਖੀਏ, ਕੋਈ ਸਿੱਖਣ ਲਈ ਚੀਜ਼ ਮਿਲੇ ਤਾਂ ਜ਼ਰੂਰ ਅਸੀਂ ਸਿੱਖੀਏ ਅਤੇ ਸਪੋਰਟ ਕਰੀਏ ਉਹਨਾਂ ਦੀ ਮੂਵਮੈਂਟ ਨੂੰ। ਅਤੇ ਬਸ ਬਾਕੀ ਅਸੀਂ ਇਹੀ ਕਹਿਣਾ ਚਾਹਾਂਗੇ ਇਕੱਠੇ ਮਿਲ ਕੇ ਕਿ ਜੀ 22 ਜੁਲਾਈ ਨੂੰ ਦੇਖ ਕੇ ਆਓ, ਅਸੀਂ ਬੜੀ ਮਿਹਨਤ ਕੀਤੀ ਇਸ ਫਿਲਮ 'ਚ, ਅਤੇ ਕੁਛ ਥੋੜ੍ਹਾ ਜਿਹਾ ਜਿੱਦਾਂ ਸਾਰੇ ਕਹਿੰਦੇ ਆ ਕਿ ਕੋਈ ਹਟ ਕੇ ਚੀਜ਼ ਲਿਆਓ, ਅਤੇ ਅਸੀਂ ਕੋਸ਼ਿਸ਼ ਜ਼ਰੂਰ ਕੀਤੀ ਇਸ ਵਾਰ ਕਿ ਕੁਛ ਹਟ ਕੇ ਇਹ ਚੀਜ਼ ਲਿਆਈਏ ਇਸ ਵਾਰ ਅਸੀਂ। ਜੀ ਬਿਲਕੁਲ, ਹਟ ਕੇ ਆਈਏ ਤਾਂ ਐਪਰੀਸ਼ੀਏਟ ਕਰਦੇ ਹਾਂ ਇਸ ਐਫਰਟਸ ਨੂੰ, ਅਸੀਂ ਤਾਂ ਐਪਰੀਸ਼ੀਏਟ ਕਰਦੇ ਹਾਂ, ਆਡੀਅੰਸ ਵੀ ਹੁਣ ਐਪਰੀਸ਼ੀਏਟ ਕਰੇ, ਸਿਨੇਮਾ ਤੱਕ ਪਹੁੰਚੇਗੀ ਤਾਂ ਨਵੇਂ ਨਵੇਂ ਜਿਹੜੇ ਹੈਗੇ ਨੇ ਕਿ ਕੋਨਸੈਪਟਸ ਸਾਹਮਣੇ ਆਉਣਗੇ ਕਿ ਨਹੀਂ। ਭਾਅ ਜੀ, ਤੁਸੀਂ ਤੁਹਾਡੀ ਇੱਥੇ ਆਡੀਅੰਸ, ਆਪਣੀ ਇੱਕ ਆਡੀਅੰਸ ਹੈਗੀ, ਆਪਣੇ ਫੈਨ ਬੈਲਟ ਹੈ, ਤਾਂ ਉਹ ਕੀ ਕਹਿਣਾ ਚਾਹੁੰਦੇ ਨਾ ਸਾਰਿਆਂ ਨੂੰ ਫਿਲਮ ਦੇ ਲਈ ਕਿ ਉਹ 22 ਜੁਲਾਈ ਨੂੰ ਆਪਣਾ ਟਾਈਮ ਕੱਢ ਕੇ, ਜਾਂ 23 ਨੂੰ, ਜਾਂ 24, 25 ਨੂੰ, ਤਾਂ ਕਾਹਤੋਂ ਪਹੁੰਚਣਾ? ਦੇਖੋ ਜੀ, ਇੱਕ ਤਾਂ ਸਾਰਿਆਂ ਨੂੰ ਪਤਾ ਹੈ ਕਿ ਮੂਵੀ ਬਿਲਕੁਲ ਹੀ ਡਿਫਰੈਂਟ ਹੈ ਨਾ। ਆਡੀਅੰਸ ਕਹਿੰਦੀ ਹੁੰਦੀ ਆ ਕਿ ਆਹ ਸੇਮ ਆ ਰਹੀਆਂ, ਕੁਛ ਕਰਦੇ ਨਹੀਂ ਅਲੱਗ, ਹੁਣ ਕੀਤਾ ਹੈ, ਹੁਣ ਆਡੀਅੰਸ ਦੀ ਵਾਰੀ ਹੈ, ਅਸੀਂ ਤਾਂ ਆਪਣੀ ਵਾਰੀ ਚਲਤੀ ਜੀ, ਹੁਣ ਦੇਖੋ ਕੀ ਕਰਦੇ। ਮੈਨੂੰ ਹੋਪ ਹੈ ਕਿ ਜ਼ਰੂਰ ਵਧੀਆ ਰਿਸਪੋਂਸ ਦੇਣਗੇ ਸਾਰੇ। ਬਿਲਕੁਲ ਬਿਲਕੁਲ, ਲੈਟਸ ਹੋਪ ਫੋਰ ਦ ਬੈਸਟ, ਐਂਡ ਥੈਂਕ ਯੂ ਸੋ ਮੱਚ, ਬਹੁਤ ਵਧੀਆ ਲੱਗਿਆ ਜੀ ਤੁਹਾਡੇ ਦੋਨਾਂ ਨਾਲ ਮੁਲਾਕਾਤ ਕਰਕੇ। ਕੁਲਾ ਜੀ, ਤੁਹਾਡੀਆਂ ਕੁੜੀਆਂ ਵੀ ਬਹੁਤ ਫੈਨ ਨੇ, ਅਤੇ ਤੁਹਾਤੋਂ ਇੰਸਪਾਇਰਡ ਵੀ ਹੁੰਦੀਆਂ ਨੇ ਕਿ ਨਹੀਂ? ਤੁਸੀਂ ਉਹਨਾਂ ਸਾਰੀਆਂ ਕੁੜੀਆਂ, ਫਿਲਮ ਤਾਂ ਓਬਵੀਅਸਲੀ ਆਪਾਂ ਮੈਸੇਜ ਕਾਫੀ ਦੇ ਚੁੱਕੇ ਹਾਂ ਕਿ ਨਹੀਂ, ਗੱਲਾਂ ਕਰ ਚੁੱਕੇ, ਕੀ ਉਹਨਾਂ ਨੂੰ ਕਹਿਣਾ ਚਾਹੋਗੇ ਪੰਜਾਬ ਦੀਆਂ ਕੁੜੀਆਂ ਨੂੰ ਜਿਹੜੇ ਕਿ ਤੁਹਾਨੂੰ ਫੋਲੋ ਕਰਦੇ ਨੇ, ਜਾਂ ਇਸ ਫੀਲਡ ਵਿੱਚ ਆਉਣ ਦੇ ਲਈ ਫੋਲੋ ਕਰਨ, ਜਾਂ ਐਜ਼ ਆ ਤੁਸੀਂ ਜਿੱਦਾਂ ਆਪਣਾ ਸਫ਼ਰ ਅੱਗੇ ਵਧਾਉਂਦੇ ਜਾਂਦੇ ਹੋ ਉੱਦਾਂ ਫੋਲੋ ਕਰਦੇ ਨੇ, ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਇੰਨਾ ਹੀ ਕਹਿਣਾ ਚਾਹਾਂਗੀ, ਸਪੈਸ਼ਲੀ ਜਿਹੜੀ ਕੁੜੀਆਂ ਨੇ, ਕਿ ਬਹੁਤ ਫਖਰ ਹੋਣਾ ਚਾਹੀਦਾ, ਮਾਣ ਹੋਣਾ ਚਾਹੀਦਾ, ਬਿਕੋਜ਼ ਔਰਤ ਜ਼ਾਤ ਕੋਈ ਕਮਜ਼ੋਰ ਜ਼ਾਤ ਨਹੀਂ ਹੈਗੀ, ਕਦੀ ਆਪਣੇ ਆਪ ਨੂੰ ਲੋਅਰ ਨਹੀਂ ਸਮਝਣਾ ਹੈ, ਅਸੀਂ ਇਕੁਅਲ ਹੈਗੇ ਹਾਂ। ਨੋਟ ਫਿਜ਼ੀਕਲੀ ਮੈਂ ਨਹੀਂ ਕਹਿੰਦੀ, ਬਟ ਐਟਲੀਸਟ ਇੰਨੀ ਹਿੰਮਤ ਹੈ ਸਾਡੇ 'ਚ, ਜੋਸ਼ ਹੈਗਾ, ਜਜ਼ਬਾ ਹੈਗਾ, ਇੱਕ ਪੇਸ਼ੈਂਸ ਲੈਵਲ ਬਾਬਾ ਜੀ ਨੇ ਸਾਨੂੰ ਬਖਸ਼ਿਆ ਹੈਗਾ, ਉਸ ਨੂੰ, ਉਸ ਚੀਜ਼ ਨੂੰ ਅਸੀਂ ਅੱਗੇ ਵਧਾਉਣਾ ਹੈਗਾ। ਕੋਈ ਵੀ ਐਸੀ ਚੀਜ਼ ਤੁਸੀਂ ਫੇਸ ਕਰਦੇ ਹੋ ਲਾਈਫ 'ਚ ਕਿ ਤੁਹਾਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਦਬਾਅ ਪੈ ਰਿਹਾ ਹੈ, ਕੋਈ ਵੀ ਚੀਜ਼ ਦੀ ਤੁਸੀਂ ਕਹਿੰਦੇ ਹੋ ਕਿ ਨਹੀਂ ਇਹ ਮੇਰੇ ਨਾਲ ਇਹ ਕਰੈਕਟ ਨਹੀਂ ਹੋ ਰਿਹਾ, ਉਸ ਚੀਜ਼ ਨੂੰ ਆ ਕੇ ਤੁਸੀਂ ਬੋਲੋ, ਖੁੱਲ੍ਹ ਕੇ ਤੁਸੀਂ ਡਿਸਕਸ ਕਰੋ ਕੋਈ ਵੀ ਪ੍ਰੋਬਲਮ ਹੋਏ, ਕਿਉਂਕਿ ਜਦੋਂ ਤੱਕ ਤੁਸੀਂ ਆਵਾਜ਼ ਨਹੀਂ ਆਪਣੀ ਉਠਾਓਗੇ ਤਾਂ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਹੈਲਪ ਨਹੀਂ ਆਊਗੀ। ਸਾਡੇ ਪੇਰੈਂਟਸ ਵੀ ਕਈ ਵਾਰੀ ਅਸੀਂ ਕਹਿੰਦੇ ਨਹੀਂ, ਅਸੀਂ ਸੁਸਾਇਟੀ 'ਚ ਰਹਿੰਦੇ, ਸਾਡੀ ਫੈਮਿਲੀ ਕਈ ਵਾਰੀ ਬਈ ਪ੍ਰੈਸ਼ਰਾਈਜ਼ ਅਸੀਂ ਹੋ ਜਾਂਦੇ ਕਿ ਬਿਕੋਜ਼ ਅਸੀਂ ਕੁੜੀ ਹਾਂ ਅਤੇ ਅਸੀਂ ਫੈਮਿਲੀ ਨਾਲ ਅਸੀਂ ਇਹੋ ਜਿਹੀ ਚੀਜ਼ਾਂ ਡਿਸਕਸ ਨਹੀਂ ਕਰ ਸਕਦੇ, ਬਟ ਮੈਂ ਕਹਿਣਾ ਚਾਹੂੰਗੀ ਕਿ ਅਸੀਂ ਸਰਪ੍ਰਾਈਜ਼ ਹੋਵਾਂਗੇ ਕਿ ਸਾਡੀ ਫੈਮਿਲੀ ਸਾਨੂੰ ਕਿੰਨੀ ਸਪੋਰਟ ਕਰਦੀ ਹੈ ਇਸ ਚੀਜ਼ 'ਚ, ਕਦੀ ਵੀ ਕੋਈ ਐਸਾ ਹਾਦਸਾ ਹੋਵੇ। ਅਤੇ ਅੱਜ ਕੱਲ੍ਹ ਹੁਣ ਉਹ ਜ਼ਮਾਨਾ ਨਹੀਂ ਰਿਹਾ, ਸਾਡੇ ਪੇਰੈਂਟਸ ਵੀ ਸਮਝਦੇ ਨੇ ਕਿ ਐਸੀ ਅਗਰ ਕੋਈ ਗੱਲ ਹੋਵੇ ਤਾਂ ਹਮੇਸ਼ਾ ਆਪਣੇ ਬੱਚੇ ਨੂੰ ਸਪੋਰਟ ਕਰਨਾ, ਅਤੇ ਮੈਂ ਇਹੀ ਕਹੂੰਗੀ। ਅਤੇ ਕਦੀ ਹਾਰ ਨਹੀਂ ਮੰਨਣੀ, ਕਦੀ ਆਪਣਿਆਂ ਨੂੰ ਵੀਕ ਨਹੀਂ ਸਮਝਣਾ, ਅਤੇ ਜਿੱਦਾਂ ਬਾਬਾ ਜੀ ਨੇ ਸਾਨੂੰ ਕੌਰ ਬਣਾਇਆ ਹੈ, ਸਿੰਘ ਬਣਾਇਆ ਹੈ, ਅਤੇ ਉਹ ਸਾਨੂੰ ਬਰਕਤ ਦਿੱਤੀ ਹੈ, ਅਤੇ ਉਸ ਬਰਕਤ ਨੂੰ ਅਸੀਂ ਅੱਗੇ ਵਧਾਈਏ। ਬਿਲਕੁਲ, ਅਤੇ ਫਿਲਹਾਲ ਇਹ ਕੌਰ ਨਿਧੀ ਸਿੰਘ ਬਣ ਕੇ ਸਾਹਮਣੇ ਆ ਰਹੀ ਹੈ ਜੀ, ਤਾਂ ਇਹਨੂੰ ਵੀ ਸਪੋਰਟ ਕਰਨਾ। ਐਂਡ ਵੰਸ ਅਗੇਨ ਥੈਂਕ ਯੂ ਸੋ ਵੈਰੀ ਮੱਚ, ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ, ਤੁਹਾਡੇ ਆਉਣ ਵਾਲੇ ਜਿਹੜੇ ਪ੍ਰੋਜੈਕਟਸ ਹੈ ਉਹਨਾਂ ਵਿੱਚ ਵੀ ਬਹੁਤ ਬਰਕਤ ਹੋਵੇ, ਅਤੇ ਸਾਰੇ ਜਣੇ ਉਹਨੂੰ ਸਰਾਉਣ ਤੁਹਾਡੇ ਕੰਮ ਨੂੰ, ਤੁਹਾਡੀ ਮਿਹਨਤ ਨੂੰ। ਐਂਡ ਫਿਲਮ ਜ਼ਰੂਰ ਦੇਖਣ ਜਾਣਗੇ, ਮੈਂ ਵੀ ਆਪਣੇ ਵੱਲੋਂ ਸਾਰਿਆਂ ਨੂੰ ਕਹਿਣਾ, ਅਤੇ ਭਾਗੋ ਮਾਜਰਾਲ ਦੇ ਟਰਾਲੀਆਂ ਲੈ ਕੇ ਆਉਣਗੇ, ਬਾਕੀ 20 ਟਰਾਲੀਆਂ ਲੈ ਕੇ ਉੱਥੇ 500 ਜਿਹੜੇ ਟਰਾਲੀਆਂ 'ਤੇ ਜਾਣਾ ਚਾਹੁੰਦੇ ਨੇ। ਬਟ ਆਲ ਇਨ ਆਲ ਆਪਣਾ ਪੰਜਾਬੀ ਸਿਨੇਮਾ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ ਜੀ। ਸੋ ਥੈਂਕ ਯੂ ਵੰਸ ਅਗੇਨ, ਥੈਂਕ ਯੂ ਸੋ ਮੱਚ। ਥੈਂਕ ਯੂ ਸੋ ਮੱਚ।